ਪਰ ਧਨ ਵੇਲਾ ਲੋ। ਹਾਂ ਜੀ ਨਹੀਂ, ਮੈਂ ਸ਼ੁਰੂ ਕਰਦਾ। ਮੈਂ ਜੀ ਸਕਰੀਨ ਹੀ ਜੀ ਸ਼ੇਅਰ ਕਰ ਰਿਹਾ ਆਪਣੀ। ਜੀ 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 ਬਿਲਕੁਲ 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 ਇਹ ਮੈਨੂੰ ਦੱਸ ਦਿਓ ਕਿ ਤੁਹਾਨੂੰ ਸਕਰੀਨ ਦੇਖਣ ਲੱਗ ਗਈ ਜੀ ਕਿ ਨਹੀਂ। ਬਿਲਕੁਲ ਸਰ, ਦੇਖ ਰਹੀ ਹੈ ਜੀ। ਸੋ ਆਪਾਂ ਅੱਜ ਗੱਲ ਕਰ ਰਹੇ ਹਾਂ ਜੀ ਸ਼ਿਵ ਦੇ ਉੱਤੇ, ਭਗਵਾਨ ਸ਼ਿਵ ਹਿੰਦੂ ਇਤਿਹਾਸ ਦਾ ਜਾਂ ਬ੍ਰਾਹਮਣ ਧਰਮ ਦਾ ਇੱਕ ਪ੍ਰਮੁੱਖ ਭਗਵਾਨ ਆ, ਇੱਕ ਪ੍ਰਮੁੱਖ ਦੇਵਤਾ। ਸਰ, ਜੇ ਆਪਾਂ ਹਿੰਦੂ ਸੋ ਇਤਿਹਾਸ ਨਾ ਕਹਿ ਕੇ ਹਿੰਦੂ ਇਤਿਹਾਸ ਕਹਿ ਕੇ ਚੱਲੇ ਤਾਂ ਵਧੀਆ ਰਹੂਗਾ, ਇਤਿਹਾਸ ਆਪੇ ਸਾਬਤ ਕਰ ਲੈਣ ਫਿਰ। ਹਾਂਜੀ ਹਾਂ, ਚਲੋ ਹਿੰਦੂ ਇਤਿਹਾਸ ਦਾ। ਤੇ ਜਿਹੜੇ ਬ੍ਰਾਹਮਣਾਂ ਦਾ ਜਿਹੜਾ ਮੁੱਖ ਤਿੰਨ ਭਗਵਾਨ ਨੇ, ਉਹਨਾਂ ਵਿੱਚੋਂ ਇੱਕ ਭਗਵਾਨ ਆ ਤ੍ਰਿਮੂਰਤੀ ਭਗਵਾਨ ਨੇ ਬ੍ਰਾਹਮਣਾਂ ਦੇ, ਜੀ। ਜਿਨ੍ਹਾਂ 'ਚ ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਬ੍ਰਹਮਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹਨੇ ਕ੍ਰੀਏਸ਼ਨ ਕੀਤੀ, ਉਸਨੇ ਇਹ ਬ੍ਰਹਿਮੰਡ ਬਣਾਇਆ। ਵਿਸ਼ਨੂੰ ਉਸਨੂੰ ਪ੍ਰਿਜ਼ਰਵ ਕਰਦਾ, ਉਸਨੂੰ ਮੇਨਟੇਨ ਕਰਦਾ, ਜੀ ਤੇ ਸ਼ਿਵ ਦਾ ਕੰਮ ਆ ਉਸਨੂੰ ਬਰਬਾਦ ਕਰਨਾ, ਉਸਨੂੰ ਡਿਸਟਰੋਏ ਕਰਨਾ। ਤੇ ਅੱਜ ਆਪਾਂ ਗੱਲ ਕਰਾਂਗੇ ਭਗਵਾਨ ਸ਼ਿਵ ਦੀ। ਵੈਸੇ ਜੇ ਤੁਸੀਂ ਇਹਨਾਂ ਤਿੰਨਾਂ ਦੇਵਤਿਆਂ ਨੂੰ ਭਾਰਤ ਦੇ ਵਿੱਚ ਦੇਖਦੇ ਹੋ, ਬ੍ਰਹਮਾ ਦੀ ਤਾਂ ਕਿਤੇ ਕੋਈ ਮੰਦਰ ਮੁੰਦਰ ਹੀ ਹੈ ਨਹੀਂ, ਸ਼ਾਇਦ ਇੱਕ ਦੋ ਮੰਦਰ ਹੋਣਗੇ, ਉਹਦੀ ਤਾਂ ਕੋਈ ਪੂਜਾ ਹੁੰਦੀ ਹੋਈ ਨਹੀਂ। ਜੀ ਵਿਸ਼ਨੂੰ ਦੀ ਕੁਛ ਪੂਜਾ ਹੁੰਦੀ ਆ, ਪਰ ਬਹੁਤੇ ਹੱਦ ਤੱਕ ਉਹਦੀ ਵੀ ਕੋਈ ਬਹੁਤੀ ਜ਼ਿਆਦਾ ਪੂਜਾ ਨਹੀਂ, ਤੇ ਮੇਨ ਜਿਹੜਾ ਭਗਵਾਨ ਆ ਉਹ ਸ਼ਿਵ ਹੀ ਆ। ਸੋ ਆਪਾਂ ਅੱਜ ਗੱਲ ਕਰਾਂਗੇ ਸ਼ਿਵ ਦੇ ਉੱਤੇ ਜੀ। ਜੀ ਸੋ ਜਦੋਂ ਆਪਾਂ ਗੱਲ ਹੀ ਕਰਨੀ ਆ, ਤਾਂ ਉਸ ਤੋਂ ਬਾਅਦ ਆਪਾਂ ਇਹ ਦੇਖਾਂਗੇ ਕਿ ਸ਼ਿਵ ਦਾ ਜਨਮ ਕਿਵੇਂ ਹੋਇਆ। ਜੀ ਜੀ ਬਿਲਕੁਲ ਬਿਲਕੁਲ ਤੇ ਗੱਲ ਇਹ ਆ ਕਿ ਸ਼ਿਵ ਨੂੰ ਰੁਦਰ ਵੀ ਕਿਹਾ ਜਾਂਦਾ, ਸ਼ਿਵ ਦਾ ਦੂਜਾ ਨਾਮ ਰੁਦਰ ਵੀ ਆ। ਬਿਲਕੁਲ ਹੈਗਾ ਜੀ। ਇਹ ਜਿਹੜਾ ਰੁਦਰ ਆ, ਅਕੋਰਡਿੰਗ ਟੂ ਰਿਗਵੇਦ ਦੇ ਵਿੱਚ ਦੱਸਿਆ ਗਿਆ ਕਿ ਇੱਕ ਪਿਤਾ ਨੇ ਆਪਣੀ ਪੁੱਤਰੀ ਨਾਲ, ਆਪਣੀ ਧੀ ਦੇ ਨਾਲ ਸੰਭੋਗ ਕੀਤਾ। ਠੀਕ ਹੈ ਜੀ। ਔਰ ਮੈਨੂੰ ਹੁਣ ਉਹ ਸ਼ਬਦ ਬੜੇ ਬੋਲਣੇ ਔਖੇ ਨੇ ਜੀ, ਮਤਲਬ ਜਿਹੜੇ ਸ਼ਬਦ ਉਹਨਾਂ ਨੇ ਲਿਖੇ ਨੇ, ਬੜੇ ਇਹ ਕਹਿ ਲਓ ਵੀ ਦਿਲ ਤੇ ਪੱਥਰ ਧਰ ਕੇ ਬੋਲਣੇ ਪੈਂਦੇ ਨੇ, ਲੁੱਚੇ ਕਹਿ ਲਓ, ਸਿੰਪਲ ਜੀ ਪੰਜਾਬੀ ਵਿੱਚ। ਮਤਲਬ ਲੁੱਚੇ ਵੀ, ਲੁੱਚਿਆਂ ਦਾ ਵੀ ਹੱਦ ਆ, ਓਕੇ। ਲੁੱਚਿਆਂ ਦੀ ਵੀ ਐਕਸਟ੍ਰੀਮ ਆ। ਉਹ ਕਹਿੰਦੇ ਜੀ ਉਹਨੇ ਉਹਨੂੰ ਜ਼ਮੀਨ ਤੇ ਲਿਟਾ ਲਿਆ ਤੇ ਉਸ ਨੂੰ ਬੀਰਜ ਨਾਲ ਭਰਤਾ। ਉਸ ਤੋਂ ਬੀਰਜ ਤੋਂ ਜਿਹੜੇ ਦੇਵਤੇ ਸੀਗੇ, ਸ਼ੁਭ ਕਰਮਨ ਵਾਲੇ ਦੇਵਤੇ, ਉਹ ਬਹੁਤ ਖੁਸ਼ ਵੀ ਹੋਏ ਤੇ ਉਹਨਾਂ ਨੇ ਉਸ ਦੇ ਉਸ ਕੁੜੀ ਦੇ ਵਿੱਚੋਂ ਰੁਦਰ ਪੈਦਾ ਕਰਤਾ। ਸੋ ਜੇ ਸਿੱਧੇ ਸ਼ਬਦਾਂ 'ਚ ਬੋਲਿਆ ਜਾਵੇ, ਰੁਦਰ ਯਾਨੀ ਸ਼ਿਵ ਇੱਕ ਪਿਓ ਧੀ ਦੇ ਪਾਪੀ ਰਿਸ਼ਤੇ 'ਚੋਂ ਪੈਦਾ ਹੋਇਆ ਭਗਵਾਨ। ਹੁਣ ਇਹ ਸਾਡੇ, ਅਸੀਂ ਸੁਣਨ ਵਾਲਿਆਂ 'ਤੇ ਛੱਡਦੇ ਹਾਂ ਕਿ ਕੀ ਭਗਵਾਨ ਇਹੋ ਜਿਹੇ ਹੁੰਦੇ ਨੇ, ਇਸ ਢੰਗ ਨਾਲ ਭਗਵਾਨ ਪੈਦਾ ਕੀਤੇ ਜਾਂਦੇ ਨੇ। ਵੈਸੇ ਨਾਲੇ ਸਰ ਤੇਰੀਆਂ, ਜਿਹੜੀ ਮੈਂ ਪੜ੍ਹ ਵੀ ਰਿਹਾ ਮਾੜਾ ਮੋਟਾ ਹਿੰਦੀ ਵਿੱਚ, ਜਿਹੜੀ ਤੁਸੀਂ ਲਿਖੀ ਹੋਈ ਹੈ ਵੀ ਵੀਰਜ ਨਾਲ ਭਰਤਾ, ਮਤਲਬ ਜਿਹੜਾ ਪਿਓ ਸੀ ਸ਼ਿਵ ਜੀ ਦਾ, ਕਿੰਨਾ ਕਾਮ ਦੇ ਵਿੱਚ ਅੰਨਾ ਹੋਇਆ ਹੋਊਗਾ ਉਹ, ਬਿਲਕੁਲ, ਜਿਹਨੇ ਅੰਨੇ ਹੋ ਗਿਆ ਆਪਣੀ ਧੀ ਨੂੰ ਰੇਪ ਕੀਤਾ ਤੇ ਉਹਦੇ ਬਾਅਦ ਸਾਰਾ ਕੁਝ ਮਤਲਬ ਸਾਹਮਣੇ ਆ ਹੀ ਗਿਆ ਸੀ, ਸੀਂਚਾ ਸੀਂਚਾ ਬਿਲਕੁਲ ਭਰ ਦਿੱਤਾ, ਬਸ ਵੀਰ ਸੇ ਭਰ ਸੀਂਚਾ, ਹੈ ਨਾ। ਦਿੱਤਾ। ਹਾਂਜੀ, ਸੋ ਕਿੰਨੀ, ਮਤਲਬ ਕਿੰਨੀ ਸ਼ਿਵ ਦੀ ਜਿਹੜੀ ਪੈਦਾਇਸ਼ ਆ, ਉਹ ਪਿਓ ਤੇ ਧੀ ਦੇ ਇੱਕ ਬੜੇ ਨਪਾਕ ਪਾਪੀ ਰਿਸ਼ਤੇ 'ਚੋਂ ਪੈਦਾ ਹੋ ਰਿਹਾ, ਉਹਨੂੰ ਸ਼ੋ ਕੀਤਾ ਗਿਆ ਕਿ ਇਹ ਪੰਜਾਬ ਦਾ ਕਲਚਰ ਹੈਗਾ। ਮੈਂ ਸਾਡੇ ਸੁਣਨ ਵਾਲਿਆਂ ਤੋਂ ਪੁੱਛਦੇ ਹਾਂ ਅਸੀਂ ਸਵਾਲ ਆ ਕਿ ਸੋਚੋ ਕਿ ਕਦੇ ਕੀ ਇਹ ਸਿੱਖਿਜ਼ਮ ਦੇ ਵਿੱਚ ਇਹ ਕਲਚਰ ਹੈਗਾ ਸਾਡਾ। ਆ ਜਿਹੜੇ ਸਿੱਖਾਂ ਦੇ ਵੀ ਜਾਂਦੇ ਆ ਸ਼ਿਵ ਜੀ ਨੂੰ ਮੰਨਣ, ਜਾਂ ਉੱਥੇ ਸੁੱਖਣਾ ਸੁੱਖਦੇ ਆ, ਦੇਖ ਹਾਂ ਲੈਣ ਫਿਰ ਉਹ। ਦੇਖ ਲੈਣ ਹੁਣ।
ਚਲੋ ਉਸ ਤੋਂ ਪੈਦਾ ਹੋਇਆ ਜੀ ਇਸ ਦੇ। ਵੈਸੇ ਸ਼ਿਵਜੀ ਬਾਰੇ ਹੋਰ ਵੀ ਕਈ ਇਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਨੇ, ਇੱਕ ਧਾਰਮਿਕ ਗ੍ਰੰਥ ਦੇ ਵਿੱਚ ਇਹ ਵੀ ਲਿਖਿਆ ਹੋਇਆ, ਜੀ ਗੀਤਾ ਪ੍ਰੈਸ ਸ਼ਿਵ ਪੁਰਾਣ ਦੇ ਵਿੱਚ ਜਿਹੜਾ ਪ੍ਰਿਸ਼ਟ 57 ਆ ਉਹਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਜੀ 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 ਕਿ ਜਿਹੜਾ ਜਿਹੜਾ ਸ਼ਿਵ ਜੀ ਆ ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ। ਹੁਣ ਇਹ ਫਿਰ ਸਵਾਲ ਉੱਥੇ ਆ ਗਿਆ, ਜੀ ਕੋਈ ਚੀਜ਼, ਕੋਈ ਬੰਦਾ ਆਪਣੇ ਆਪ ਤੋਂ ਪੈਦਾ ਹੁੰਦਾ ਦੇਖਿਆ? ਠੀਕ ਆ, ਸੋ ਫਿਰ ਮਤਲਬ ਫਿਰ ਸਾਡੇ ਲੋਕਾਂ ਤੇ ਛੱਡ ਦਿਆਂ ਕਿ ਤੁਸੀਂ ਦੇਖ ਲਓ ਇਹ ਹੈ ਕੀ ਆ। ਇੱਕ ਹੋਰ ਗੱਲ ਇਹ ਕਹੀ ਜਾਂਦੀ ਹੈ ਸ਼ਿਵ ਦੇ ਪਦਾਇਸ਼ ਦੀ, ਉਹ ਵੀ ਇਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਹੀ ਆ ਜੀ ਕਿ ਸ਼ਿਵ ਜੀ ਜਿਹੜਾ ਹੈਗਾ ਵਿਸ਼ਨੂੰ ਦੇ ਨੱਕ ਚੋਂ ਪੈਦਾ ਹੋਇਆ, ਨੱਕ ਦੇ ਵੀ ਸੈਂਟਰਲ ਪਾਰਟ, ਆਹ ਜਿਹੜਾ ਪਾਰਟ ਆ ਨਾ ਸਾਡਾ ਜੀ ਜੀ ਸੈਂਟ, ਜੀ ਜੀ ਦੇਖੋ ਇੱਕ ਤਾਂ ਸਾਡੀਆਂ ਨਾਸਾਂ ਹੁੰਦੀਆਂ ਨੇ ਜੀ ਜੀ ਰਾਈਟ, ਜੀ ਬਿਲਕੁਲ ਦੋ ਨੈਸਟ੍ਰਲਸ ਨੇ ਜੀ 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 ਨਾਸਿਕਾ, ਉਹਨਾਂ ਦੇ ਵਿਚਾਲੇ ਜਿਹੜੀ ਹੱਡੀ ਆ ਉਹਦੇ ਚੋਂ ਕੋਈ ਚੀਜ਼ ਕਿਵੇਂ ਨਿਕਲ ਸਕਦੀ ਆ? ਅੱਛਾ ਸੋ ਬੜੀ ਹੱਸੋਹੀਣੀ ਗੱਲ ਆ ਵੀ ਉਹ ਉਹਦੇ ਵਿੱਚੋਂ ਪੈਦਾ ਹੋਇਆ ਜੀ, ਇਹ ਵਿਸ਼ਨੂੰ, ਇਹ ਵੀ ਇੱਕ ਉਹ ਹੈ। ਤੀਜਾ ਇਹ ਕਹਿ ਰਹੇ ਨੇ ਕਿ ਸ਼ਿਵ ਜਿਹੜਾ ਹੈਗਾ ਉਹ ਵਿਸ਼ਨੂੰ ਦੇ ਸਿਰ ਚੋਂ ਪੈਦਾ ਹੋਇਆ। ਅੱਛਾ ਚੌਥ, ਹਾਂ ਹੁਣ ਨੱਕ ਤੋਂ ਬਾਅਦ ਸਿਰ ਚ ਵੀ ਪੈਦਾ ਕਰੀ ਜਾਂਦੇ ਨੇ। ਦੇਖੋ ਕੋਈ ਵੀ ਬੰਦਾ ਉਸਦੀ ਪੈਦਾਇਸ਼ ਤਾਂ ਇੱਕੋ ਢੰਗ ਨਾਲ ਹੋਊਗੀ ਨਾ। ਜੀ। ਹੁਣ ਤੁਸੀਂ ਮਤਲਬ ਇਸ ਸਿਸਟਮ ਦੇ ਵਿੱਚ ਕਿਸ ਹੱਦ ਤੱਕ ਗੱਪ ਮਾਰੇ ਜਾਂਦੇ ਨੇ, ਕਿਸ ਹੱਦ ਤੱਕ ਝੂਠ ਬੋਲਿਆ ਜਾਂਦਾ ਕਿ ਜੀ। ਸ਼ਿਵ ਜੀ ਦੇ ਪੈਦਾ ਹੋਣ ਦੇ ਹੀ ਪੰਜ ਕਾਰਨ ਦੱਸੇ ਗਏ ਨੇ, ਪੰਜ ਤਰੀਕੇ ਦੱਸੇ ਗਏ ਨੇ। ਜਿਹੜਾ ਪੰਜਵਾਂ ਤਰੀਕਾ ਦੱਸ ਰਹੇ ਨੇ ਉਹ ਕਹਿੰਦੇ ਨੇ ਕਿ ਸ਼ਿਵ ਜੀ ਜਿਹੜਾ ਹੈਗਾ ਉਹ ਬ੍ਰਹਮਾ ਦੇ ਹੰਝੂਆਂ ਚੋਂ ਪੈਦਾ ਹੋਇਆ, ਅੱਛਾ ਜੀ। ਹੈ ਨਾ ਜੀ। ਇਹ ਜਿਹੜੇ ਚਾਰ ਤਰੀਕੇ ਨੇ ਅਸੀਂ ਆ ਗੱਲ ਕੀਤੀ ਹੈ, ਇਹਦਾ ਮੇਕ ਸੈਂਸ ਹੀ ਨਹੀਂ ਕਰਦੇ ਕਿਸੇ ਵੀ ਢੰਗ ਦੇ ਨਾਲ। ਆ ਜਿਹੜਾ ਸਿਸਟਮ, ਜਿਸ ਕਰਕੇ ਅਸੀਂ ਦੱਸ ਰਹੇ ਹਾਂ ਕਿ ਅਸਲੀ ਆ ਸਿਸਟਮ ਹੋ ਸਕਦਾ ਕਿ ਇਹ ਪਿਓ ਧੀ ਦੇ ਇੱਕ ਨਪਾਕ ਰਿਸ਼ਤੇ ਚੋਂ ਪੈਦਾ ਹੋਇਆ ਭਗਵਾਨ। ਸੋ ਛੱਡਦਿਆਂ ਕਿ ਕੀ ਇਹ ਧਾਰਮਿਕ ਗੱਲ ਆ, ਕੀ ਇਹੋ ਜਿਹੇ ਧਰਮ ਹੋਇਆ ਕਰਦੇ ਨੇ, ਕਈ ਲੋਕ ਇਹ ਕਹਿੰਦੇ ਨੇ, ਖਾਸ ਤੌਰ ਤੇ ਬ੍ਰਾਹਮਣਿਕਲ ਸਿਸਟਮ ਨੂੰ ਮੰਨਣ ਵਾਲੇ ਲੋਕ, ਜੀ। ਕਈ ਹਿੰਦੂ ਭਾਈਚਾਰੇ ਦੇ ਲੋਕ ਇਹ ਕਹਿੰਦੇ ਨੇ ਕਿ ਜੀ ਸਾਡਾ ਕੋਈ ਧਰਮ ਨਹੀਂ ਹੈ, ਹਿੰਦੂ ਕੋਈ ਧਰਮ ਨਹੀਂ ਹੈ। ਉਹ ਇਹ ਕਹਿੰਦੇ ਨੇ ਕਿ ਹਿੰਦੂ ਇੱਕ ਵੇ ਆਫ ਲਾਈਫ ਆ। ਜੀ। ਹੁਣ ਆ ਮੇਰਾ ਸਵਾਲ ਆ ਕਿ ਇਹੋ ਜਿਹਾ ਸਮਾਜ ਦੇ ਵਿੱਚ ਕਿੱਦਾਂ ਦੀ ਇਹ ਜ਼ਿੰਦਗੀ ਹੋਊਗੀ ਕਿ ਜਿੱਥੇ ਪਿਓ ਧੀ ਦੇ ਇਹੋ ਜਿਹੇ ਨਪਾਕ ਰਿਸ਼ਤੇ ਨੇ ਔਰ ਉਹਨਾਂ 'ਚੋਂ ਭਗਵਾਨ ਪੈਦਾ ਕੀਤੇ ਜਾ ਸਕਦੇ ਨੇ, ਉਹ ਸਮਾਜ ਦਾ ਹਾਲਤ ਕੀ ਹੋਊਗੀ? ਔਰ ਉਹਦੇ ਬਾਰੇ ਫਿਰ ਤੁਸੀਂ ਲੜਦੇ ਵੀ ਹੋ ਕਿਸੇ ਨਾਲ, ਫਿਰ ਉਹਦੇ ਨਾਲ ਲੜਦੇ ਫਿਰ ਵੀ ਹਾਂ। ਇਹਨਾਂ ਦੇ ਕਾਂਵੜ ਯਾਤਰਾ, ਇਹਨਾਂ ਨੇ ਭਾਰੀ ਕਸ਼ਟ ਆਪਣੇ ਨੂੰ ਦਿੰਦੇ ਹੋ ਵੀ ਆਹ ਤੁਹਾਡੀ ਪੈਦਾਇਸ਼ ਹੈਗੀ ਇਹਦੇ ਵਿੱਚੋਂ ਜਾ ਕੇ ਦੱਸੋ। ਦੱਸੋ ਜੀ। ਚਲੋ ਜੀ ਆਪਾਂ ਅੱਗੇ ਜੀ ਚੱਲਦੇ ਹਾਂ। ਜੀ 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 ਇਸੇ ਹੀ ਸ਼ਿਵ ਜੀ ਦਾ ਇੱਕ ਮੁੰਡਾ ਸੀ ਕਾਰਤਿਕ, ਕਾਰਤਿਕੇ ਕਿਹਾ ਜਾਂਦਾ ਆਪਾਂ ਪੰਜਾਬੀ ਦੇ ਵਿੱਚ, ਕਾਰਤਿਕ ਕਹਿੰਦੇ ਕਾਰਤਿਕ ਹਾਂ। ਜੀ। ਹਾਂ ਉਹ ਕਹਿ ਬੜਾ ਲਿਖਦੇ ਵੀ ਨੇ ਜੀ, ਭਗਵਾਨ ਸ਼ਿਵ ਔਰ ਮਾਤਾ ਪਾਰਵਤੀ ਕੇ ਸਭਸੇ ਬੜੇ ਪੁੱਤਰ ਥੇ, ਇਨੇ ਦੇਵਤਾਓਂ ਕਾ ਸੈਨਾਪਤੀ ਵੀ ਮਾਨਾ ਜਾਤਾ ਹੈ। ਰਾਈਟ ਇਹ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵੀ ਦੱਸਣਾ ਚਾਹਾਂਗਾ ਇੱਥੇ ਜੀ। ਕਿ ਪਿੱਛੇ ਜੇ ਮੋਦੀ ਵੀ ਕਾਰਤਿਕ ਬਣਨ ਲੱਗਿਆ ਸੀ, ਇੱਕ ਸਮਾਂ ਸੀ ਜਦੋਂ ਉਹਨੇ ਆਪਣੀ ਦਾੜ੍ਹੀ ਵਧਾ ਲਈ ਸੀ ਤੇ ਮੋਰਾ ਦੇ ਆਸ-ਪਾਸ ਮੋਰ ਉਹਦੇ ਆਲੇ ਦੁਆਲੇ ਤੁਰੇ ਫਿਰਦੇ ਸੀ, ਇੱਦਾਂ ਦੀਆਂ ਵੀਡੀਓ ਆਈਆਂ ਸੀ ਮੇਰੇ ਖਿਆਲ ਜੀ ਚ ਜੀ 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 ਸਾਲ 1.5 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਸ਼ਾਇਦ। ਪਤਾ ਪਤਾ ਜੀ। ਉਹ ਇਹੀ ਕਾਰਤਿਕ ਜੀ। ਦੇਵਤਾ ਦਾ ਸੈਨਾਪਤੀ, ਮਤਲਬ ਜੀ। ਹੁਣ ਮੋਦੀ ਸੈਨਾਪਤੀ ਬਣਨ ਲੱਗਿਆ ਸੀਗਾ। ਹਾਂਜੀ ਇੱਦਾਂ ਦੀ ਹੀ ਉਹਦੇ ਵੀ ਜਨਮ ਦੀ ਕਥਾ ਹੈਗੀ ਆ। ਜੀ।
ਅਗਨ ਕੋਈ ਬੰਦਾ ਸੀ, ਅਗਨ ਸ਼ਿਵ ਨੂੰ ਮਿਲਣ ਆਇਆ, ਉਹਨੇ ਕਬੂਤਰੀ ਦਾ ਰੂਪ ਧਾਰਨ ਕੀਤਾ ਹੋਇਆ ਸੀ। ਜੀ ਬੰਦਾ ਸੀ ਅਗਨ ਜਾਂ ਅਗਨੀ? ਪਹਿਲੀ ਗੱਲ ਤਾਂ ਅਗਨੀ ਬੰਦਾ ਸੀ ਕਿ ਅੱਗ ਸੀ ਪਤਾ ਨਹੀਂ ਗਾ, ਚਲੋ ਮਤਲਬ ਜੋ ਆਪਾਂ ਅਜ਼ਿਊਮ ਕਰਕੇ ਚੱਲਦੇ ਹਾਂ ਕਿ ਅਗਨੀ ਉਹਨੂੰ ਮਿਲਣ ਵਾਸਤੇ ਆਇਆ, ਉਹ ਜੀ ਜੀ ਕਬੂਤਰੀ ਦੇ ਜੀ ਰੂਪ ਦੇ ਵਿੱਚ ਉਹਨੂੰ ਮਿਲਿਆ। ਜੀ ਠੀਕ ਹੈ ਜੀ। ਅਗਨੀ ਨੇ ਦੇਖਿਆ ਕਿ ਜਿਹੜਾ ਸ਼ਿਵ ਜੀ ਸੀਗਾ, ਫਿਰ ਮਾਫੀ ਚਾਹੁੰਦੇ ਆ ਕਿ ਉਹ ਪਾਰਵਤੀ ਦੇ ਨਾਲ ਸਹਿਵਾਸ ਕਰ ਰਿਹਾ ਸੀ, ਬੇਸਿਕਲੀ ਉਹ ਪਾਰਵਤੀ ਦੇ ਨਾਲ ਸੰਭੋਗ ਕਰ ਰਿਹਾ ਸੀ। ਇਹ ਵੀ ਬੜੀ ਹੈਰਾਨੀ ਦੀ ਗੱਲ ਆ ਕਿ ਮਤਲਬ ਅਗਨੀ ਜਿਹੜਾ ਹੈ, ਇਹ ਮਤਲਬ ਦੇਵਤੇ ਇਹੋ ਜਿਹੇ ਸੀਗੇ ਕਿ ਜਿਹੜੇ ਸਮਾਜ ਦੇ ਵਿੱਚ ਲੋਕਾਂ ਦੇ ਸਾਹਮਣੇ ਹੀ ਸੰਭੋਗ ਕਰੀ ਜਾਂਦੇ ਸੀ। ਜੇ ਕਿਤੇ ਲੁੱਕ ਕੇ ਕਰ ਰਿਹਾ ਹੁੰਦਾ ਤਾਂ ਅਗਨੀ ਨੂੰ ਕਿਵੇਂ ਪਤਾ ਲੱਗਦਾ ਜੇ ਉਹ ਆਪਣੇ ਕਮਰੇ 'ਚ ਹੁੰਦਾ? ਸੋ ਉਹ ਅਗਨੀ ਨੇ ਦੇਖਿਆ ਕਿ ਉਹ ਤਾਂ ਉਹਦੇ ਨਾਲ ਸੰਭੋਗ ਕਰੀ ਜਾਂਦਾ। ਸੋ ਸ਼ਿਵਜੀ ਨੂੰ ਗੁੱਸਾ ਆ ਗਿਆ, ਜਦੋਂ ਹੀ ਉਹਦਾ ਵੀਰਿਆ ਬਾਹਰ ਆਇਆ, ਨਿਕਲਿਆ, ਡਿਸਚਾਰਜ ਹੋਇਆ, ਉਹਨੇ ਚੱਕ ਕੇ ਉਹ ਅਗਨੀ ਤੇ ਪਾਤਾ। ਦੱਸੋ ਅਗਨੀ ਨੇ ਜਾ ਕੇ ਉਹ ਵੀਰਿਆ ਜਾ ਕੇ ਗੰਗਾ 'ਚ ਪਾਤਾ, ਕਿਉਂਕਿ ਉਹਨੇ ਧੋ ਆਪਦੇ ਆਪ ਨੂੰ ਸਾਫ਼ ਕੀਤਾ। ਹਾਂਜੀ, ਉਸ ਗੰਗਾ ਦੇ ਵਿੱਚ 6 ਇਸਤਰੀਆਂ ਬੇਸ਼ਵਾਵਾਂ ਜਿਹੜੀਆਂ ਉਹ ਨਹਾ ਗਈਆਂ ਸੀ, ਉਹ 6 ਦੀਆਂ 6 ਉਹਦੇ ਨਾਲ ਗਰਭਵਤੀ ਹੋ ਗਈਆਂ। ਉਹਨਾਂ ਨੇ 6 ਪੁੱਤਰਾਂ ਨੂੰ ਜਨਮ ਦਿੱਤਾ, ਫਿਰ ਉਹ 6 ਪੁੱਤਰਾਂ ਨੂੰ ਕੰਬਾਈਨ ਕਰਕੇ ਇੱਕ ਪੁੱਤਰ ਬਣਾ ਦਿੱਤਾ ਗਿਆ, ਜਿਹਦੇ 12 ਹੱਥ, 12 ਪੈਰ, 12 ਅੱਖਾਂ ਤੇ 6 ਸਿਰ ਸੀ। ਉਸ ਦਾ ਨਾਂ ਕਾਰਤਿਕ ਰੱਖਿਆ ਗਿਆ। ਓਕੇ ਹੁਣ ਤੁਸੀਂ ਦੇਖੋ ਵੀ ਸ਼ਿਵ ਦਾ ਪੁੱਤਰ ਕਿੱਦਾਂ ਪੈਦਾ ਹੋ ਰਿਹਾ। ਸ਼ਿਵ ਜੀ ਨੇ ਕਬੂਤਰੀ ਦੇ ਉੱਤੇ ਆਪਣਾ ਸਪਰਮਸ ਜਿਹੜੇ ਨੇ ਡੋਲਤੇ, ਅੱਗੇ ਕਬੂਤਰੀ ਜਿਹੜੀ ਸੀ ਉਹਨੇ ਜਾ ਕੇ ਗੰਗਾ 'ਚ ਪਾਤੇ, ਗੰਗਾ 'ਚ 6 ਔਰਤਾਂ ਨਹਾ ਰਹੀਆਂ ਸੀ, ਉਹ ਉਸ ਨਾਲ ਪ੍ਰੈਗਨੈਂਟ ਹੋ ਗਈ। ਪਹਿਲੀ ਗੱਲ ਤਾਂ ਪ੍ਰੈਗਨੈਂਸੀ ਜਿਹੜੀ ਆ ਉਹ ਇੱਕ ਪ੍ਰੋਪਰ ਵੇ ਦੇ ਨਾਲ ਹੁੰਦੀ ਆ, ਵੂਮ ਬਿਲਕੁਲ ਦੇ ਬਿਲਕੁਲ ਵਿੱਚ ਬਿਲਕੁਲ ਜਾਂਦੀ ਆ, ਰਾਈਟ? ਤੇ ਉਹ ਜਿਹੜੀਆਂ ਸੀ 6 ਦੇ ਵਿੱਚ ਉਹਨਾਂ ਨੇ 6 ਹੀ ਪੁੱਤਰ ਜਨਮ ਦਿੱਤੇ, ਫਿਰ ਉਹਨਾਂ ਨੂੰ ਇੱਕ ਬਣਾ ਦਿੱਤਾ ਗਿਆ। ਹੁਣ 6 ਨੂੰ ਇੱਕ ਕਿਵੇਂ ਬਣਾ ਦਿੱਤਾ ਗਿਆ? ਇਹ ਫਿਰ ਪਤਾ ਨਹੀਂ ਕਿਹੜੀ ਸਾਇੰਸ ਆ ਇਹ, ਅੱਜ ਤੱਕ ਦੀ ਸਾਇੰਸ ਜਿਹੜੀ ਕਿ ਬਹੁਤ ਐਡਵਾਂਸ ਅਸੀਂ ਕਹਿ ਰਹੇ ਨਹੀਂ, ਹਾਂ ਹੋ ਸਕਦਾ ਵੀ ਤਾਂ ਹਾਲੇ ਛੇ ਤੱਕ। ਛੇ ਜਨਾਨੀ ਨਾਲ ਸ਼ਿਵਜੀ ਨੇ ਕੋਈ ਸੰਭੋਗ ਕੀਤਾ ਹੋਵੇ ਨਹੀਂ ਤੇ ਉਹਦੇ ਨਹੀਂ ਵਿੱਚੋਂ ਸ਼ਿਵ ਕੋਈ ਜੀ ਨਵਾਂ ਨੇ ਨਹੀਂ। ਨਿਕਲ ਗਿਆ, ਫਿਰ ਇਹ ਵੀ ਹੋ ਹਾਂ ਜੀ, ਸਕਦਾ। ਹਾਂ, 12 ਹੱਥ 12 ਪੈਰਾਂ ਵਾਲਾ ਕਾਰਤਿਕ ਪੈਦਾ ਹੋ ਗਿਆ ਜੀ। ਸੋ ਇਹ ਫਿਰ ਅੱਗੇ ਸ਼ਿਵਜੀ ਦਾ ਜਿਹੜੀ ਅਗਲੀ ਜਨਰੇਸ਼ਨ ਆ ਉਸ ਦੀ ਗੱਲ ਆ। ਹੁਣ ਜੀ ਆਪਾਂ ਆਉਂਦੇ ਹਾਂ ਜੀ ਕਿ ਇਸ ਤੋਂ ਅੱਗੇ ਸੀਗਾ ਗਣੇਸ਼। ਇਸ ਜੀ ਦੀ ਬੜੀ ਅਜੀਬੋ ਗਰੀਬ ਕਹਾਣੀ ਆ। ਗਣੇਸ਼ ਨੂੰ ਕਿਹਾ ਜਾਂਦਾ ਪਾਰਵਤੀ ਦਾ ਪੁੱਤਰ। ਸ਼ਿਵ ਜੀ ਮਹਾਰਾਜ ਤਪੱਸਿਆ ਲਈ ਚਲੇ ਗਏ 12 ਸਾਲ ਲਈ, ਆਹੋ ਤੇ ਪਾਰਵਤੀ ਜਿਹੜੀ ਸੀ ਉਸਨੂੰ ਬੜਾ ਇਕੱਲਾਪਨ ਲੱਗਿਆ, ਵੀ ਨਹੀਂ ਤਾਂ ਸ਼ਿਵ ਜੀ ਉਹਦੇ ਨਾਲ ਹਮੇਸ਼ਾ ਹੀ ਸੰਭੋਗ ਕਰਦਾ ਰਹਿੰਦਾ ਸੀ, ਕੁਛ ਨਾ ਕੁਛ ਇਹੋ ਜਿਹਾ ਕੁਛ ਚਲਾਉਂਦਾ ਸੀ ਉਹ। ਉਸ ਨੂੰ ਇਕੱਲਾਪਨ ਲੱਗਿਆ, ਬੋਰ ਹੋ ਰਹੀ ਸੀ, ਉਸ ਨੇ ਗਣੇਸ਼ ਪੈਦਾ ਕਰ ਲਿਆ ਮਹਿਲ ਦੇ ਵਿੱਚੋਂ। ਹਾਂਜੀ, ਜਦੋਂ ਸ਼ਿਵ ਜੀ ਆਇਆ ਤਪੱਸਿਆ ਕਰਕੇ ਤਾਂ ਗਣੇਸ਼ ਮੂਹਰੇ ਖੇਡ ਰਿਹਾ ਸੀ, ਬੱਚਾ ਸੀ ਉਦੋਂ, ਵੱਡਾ ਹੋ ਗਿਆ ਸੀ, ਤੇ ਉਸ ਨੇ ਸ਼ਿਵ ਜੀ ਨੂੰ ਅੰਦਰ ਨਹੀਂ ਜਾਣ ਦਿੱਤਾ। ਕਹਿੰਦਾ ਵੀ ਮੈਂ, ਤੂੰ ਕੌਣ ਹੁੰਦਾ ਅੰਦਰ ਜਾਣ ਵਾਲਾ, ਅੰਦਰ ਤਾਂ ਮੇਰੀ ਮਾਂ ਬੈਠੀ ਆ। ਸ਼ਿਵ ਜੀ ਨੂੰ ਗੁੱਸਾ ਆਇਆ ਵੀ ਜਵਾਕ ਕੌਣ ਹੁੰਦਾ ਕਿਸੇ ਦਾ, ਮੈਨੂੰ ਮੇਰੇ ਅੰਦਰ ਨਹੀਂ ਜਾਣ ਦੇ ਰਿਹਾ ਘਰ ਦੇ। ਉਸਨੇ ਉਹਦਾ ਗਲ ਲਾ ਕੇ ਪਰੇ ਮਾਰਿਆ, ਗਲ ਲਾ ਕੇ ਪਰੇ ਮਾਰਿਆ ਜੀ। ਤੇ ਅੱਗੇ ਜਾ ਕੇ ਉਹਨੇ ਪਾਰਵਤੀ ਤੋਂ ਪੁੱਛਿਆ ਵੀ ਉਹ ਜਵਾਕ ਜਿਹਾ ਕਿਹੜਾ ਸੀ ਬਾਹਰ ਤੁਰਿਆ ਫਿਰਦਾ?
ਉਹ ਕਹਿੰਦੀ ਉਹ ਤਾਂ ਮੇਰਾ ਪੁੱਤ ਆ। ਸ਼ਿਵਜੀ ਕਹਿੰਦਾ ਵੀ ਮੇਰੇ ਤੋਂ ਬਿਨਾਂ ਤੂੰ ਪੁੱਤ ਕਿਵੇਂ ਪੈਦਾ ਕਰ ਲਿਆ। ਸ਼ਿਵਜੀ ਨੂੰ ਸ਼ੱਕ ਹੋਇਆ। ਉਹ ਕਹਿੰਦੀ ਵੀ ਮੈਂ ਬੋਰ ਹੋ ਰਹੀ ਸੀ ਤੇਰੇ ਜਾਣ ਤੋਂ ਬਾਅਦ, ਮੈਂ ਮੈਲ ਦੇ ਵਿੱਚੋਂ ਇਹ ਪੈਦਾ ਕਰ ਲਿਆ। ਮੈਲ ਚ ਫਿਰ ਪੈਦਾ ਕਰ ਲਿਆ ਉਹਨੇ। ਹਾਂ ਹੁਣ ਸਵਾਲ ਇਹ ਪੈਦਾ ਹੁੰਦਾ, ਔਰ ਸ਼ਿਵਜੀ ਨੇ ਗੱਲ ਮੰਨ ਲਈ ਕਿ ਹਾਂ ਤੂੰ ਮੈਲ ਚੋਂ ਪੈਦਾ ਕੀਤਾ। ਤੁਸੀਂ ਮੈਨੂੰ ਇਹ ਦੱਸੋ ਵੀ ਮੈਲ ਦੇ ਵਿੱਚੋਂ ਵੀ ਕੋਈ ਬੱਚੇ ਐਂ ਪੈਦਾ ਪਰ ਹੁੰਦੇ ਮੈਲ ਨੇ। ਦੂਜੀ ਹੁੰਦੀ ਨੇ, ਆਪਾਂ ਕਹਿੰਦੇ ਗੰਦ ਚੋਂ ਪੈਦਾ ਹੋਇਆ, ਹਰਾਮ ਦਾ ਆ ਬੰਦਾ ਇਹ। ਹਰਾਮ ਦਾ ਮੈਲ ਕਿਵੇਂ ਹੁੰਦੀ ਹੈ? ਜਨਾਨੀ ਨੇ ਕਿਸੇ ਪਾਸੇ ਖੇਹ ਖਾਧੀ ਹੋਊਗੀ। ਬਿਲਕੁਲ, ਪਰ ਸ਼ਿਵਜੀ ਨੇ ਉਸਨੂੰ ਮਾਫ ਕਰਤਾ ਤੇ ਵੀ ਬਿਨਾਂ ਸਮਾਗਮ ਕੀਤੇ ਤੂੰ ਕਿਵੇਂ ਕਰ ਸਕਦੀ ਹੈ, ਪਰ ਫਿਰ ਵੀ ਸ਼ਿਵਜੀ ਮੰਨ ਉਹਨੇ ਦੱਸ ਗਿਆ। ਤਾ ਉਸ ਪਾਰਵਤੀ ਸਹੀ ਸੀ, ਉਹਨੇ ਦੱਸਤਾ ਕਿ ਮੈਂ ਮੈਲ ਚੋਂ ਪੈਦਾ ਕੀਤਾ, ਵੀ ਤੂੰ ਹੈ ਨਹੀਂ ਸੀ ਇੱਥੇ। ਹਾਂ, ਤੇ ਚਲੋ ਜੀ, ਸ਼ਿਵਜੀ ਨੇ ਕਿਹਾ ਵੀ ਚਲੋ ਪਾਰਵਤੀ ਦਾ ਪੁੱਤਰ ਆ ਇਹ, ਉਸਨੇ ਹਥਨੀ ਦੇ ਬੱਚੇ ਦਾ ਸਿਰ ਕੱਟਿਆ ਤੇ ਗਣੇਸ਼ ਦੇ ਪੁੱਤਰ ਤੇ, ਪਾਰਵਤੀ ਪੁੱਤਰ ਤੇ ਲਾਤਾ, ਜਿਸ ਦਾ ਜੋ ਬਣ ਗਿਆ ਗਣੇਸ਼। ਜੀ। ਇਸ ਕਰਕੇ ਤੁਸੀਂ ਦੇਖਦੇ ਹੋ ਕਿ ਬੰਦੇ ਦੇ ਉੱਤੇ ਹਾਥੀ ਦਾ ਸਿਰ ਲੱਗਿਆ ਹੋਇਆ। ਜੀ। ਆਹ ਫੋਟੋ ਅਸੀਂ ਨਾਲ ਸ਼ੋ ਕਰ ਰਹੇ ਹਾਂ ਸਿਰਫ ਪਿਕਟੋਰੀਅਲ ਫਾਰਮ ਦੇ ਵਿੱਚ। ਸਰ ਨਾਲੇ ਗਣੇਸ਼ ਨੂੰ ਵੀ ਭਗਵਾਨ ਮੰਨਦੇ ਆ, ਤੇ ਗਣੇਸ਼ ਨੂੰ ਪਤਾ ਹੀ ਨਹੀਂ ਲੱਗਾ ਵੀ ਸ਼ਿਵਜੀ ਮੇਰਾ ਪਿਓ ਆ। ਨਹੀਂ, ਦੋਹੇ ਭਗਵਾਨਾਂ ਨੂੰ ਨਹੀਂ ਪਤਾ ਦੋਵਾਂ ਨੂੰ ਲੱਗਿਆ। ਪਤਾ ਹੈ ਨਾ, ਮਤਲਬ ਸਹੀ ਹਾਂ, ਗੱਲ ਹੈ। ਉਹਨੂੰ ਨਹੀਂ ਪਤਾ ਲੱਗਿਆ ਵੀ ਇਹ ਤਾਂ ਸਾਡਾ ਹੀ ਬੱਚਾ, ਜਾਂ ਘੱਟੋ ਘੱਟ ਉਹਦੀ ਵਾਈਫ ਦਾ ਬੱਚਾ। ਬਿਲਕੁਲ ਬਿਲਕੁਲ ਬਿਲਕੁਲ। ਕਿੱਦਾਂ ਦਾ ਭਗਵਾਨ ਆ। ਸੋ ਜੀ, ਇਸ ਢੰਗ ਦੇ ਨਾਲ ਤੁਹਾਡੇ ਭਗਵਾਨ ਗਣੇਸ਼ ਜੀ ਵੀ ਪ੍ਰਗਟ ਹੋ ਗਏ, ਉਹ ਵੀ ਜਨਮ ਤੇ ਆ ਗਏ। ਜੀ ਚਲੋ, ਆਪਾਂ ਇਸੇ ਗੱਲ ਨੂੰ ਹੋਰ ਅੱਗੇ ਵਧਾਉਣੇ ਆ ਜੀ। ਹੁਣ ਸਵਾਲ ਆ ਕਿ ਸ਼ਿਵ ਆਦਮੀ ਸੇ ਲਿੰਗ ਕੈਸੇ ਬਣਾ, ਵੀ ਜਿਹੜਾ ਸ਼ਿਵ ਲਿੰਗ ਦੀ ਪੂਜਾ ਹੁੰਦੀ ਆ, ਆਪਾਂ ਜੀ ਪਹਿਲਾਂ ਆਮ ਹੀ ਆਪਾਂ ਜਾਣਦੇ ਹਾਂ ਕਿ ਮੰਦਰਾਂ ਦੇ ਵਿੱਚ ਹੁੰਦੀ ਆ, ਕਿ ਆਖਿਰ ਸ਼ਿਵ ਇਹ ਬਣ ਕਿਵੇਂ ਗਿਆ। ਜੀ ਜਿਹੜੇ ਬ੍ਰਾਹਮਣਾਂ ਦੇ ਤਿੰਨ ਦੇਵਤੇ ਸੀਗੇ ਨਾ, ਇਹ ਬ੍ਰਹਮਾ ਵਿਸ਼ਨੂੰ ਮਹੇਸ਼, ਇਹਨਾਂ ਦੇ ਵਿੱਚ ਅਕਸਰ ਹੀ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਵੀ ਵੱਡਾ ਕੌਣ। ਵੀ ਬ੍ਰਹਮਾ ਕਹਿੰਦਾ ਸੀ ਵੀ ਮੈਂ ਵੱਡਾ, ਵਿਸ਼ਨੂੰ ਕਹਿੰਦਾ ਸੀ ਮੈਂ, ਸ਼ਿਵਜੀ ਕਹਿੰਦਾ ਸੀ ਮੈਂ। ਚਲੋ ਜੀ, ਇਹਨਾਂ ਦੇ ਝਗੜੇ ਨੂੰ ਨਿਪਟਾਉਣ ਵਾਸਤੇ, ਉਸ ਨੂੰ ਖਤਮ ਕਰਨ ਵਾਸਤੇ ਇੱਕ ਭਿਰਗੂ ਨਾਮ ਦੇ ਬ੍ਰਾਹਮਣ ਨੂੰ ਜੱਜ ਬਣਾ ਦਿੱਤਾ ਗਿਆ। ਵੈਸੇ ਹੁਣ ਇੱਥੇ ਤੁਸੀਂ ਫੇਰ ਬੜੀ ਹੈਰਾਨੀ ਦੀ ਗੱਲ ਦੇਖੋ, ਦੇਵਤਿਆਂ ਦਾ ਫੈਸਲਾ ਇੱਕ ਬ੍ਰਾਹਮਣ ਕਰ ਰਿਹਾ, ਬ੍ਰਾਹਮਣ ਜੱਜ ਆ, ਇਹਦਾ ਮਤਲਬ ਬ੍ਰਾਹਮਣ ਦੇਵਤਿਆਂ ਤੋਂ ਵੱਡਾ। ਬਿਲਕੁਲ 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 ਬਿਲਕੁਲ। ਇਹ ਚੀਜ਼ ਸਾਡੇ ਸੁਣਨ ਵਾਲਿਆਂ ਨੂੰ ਸਮਝਣੀ ਚਾਹੀਦੀ ਆ ਕਿ ਅਸਲ ਦੇ ਵਿੱਚ ਬ੍ਰਾਹਮਣ ਨੇ ਆਪਣੇ ਆਪ ਨੂੰ ਦੇਵਤਿਆਂ ਤੋਂ ਵੀ ਵੱਡਾ ਰੱਖਿਆ ਹੋਇਆ। ਰਾਈਟ। ਉਹ ਦੇਵਤਿਆਂ ਤੋਂ ਆਪਦੀ ਮਰਜ਼ੀ ਦੇ ਮੁਤਾਬਕ ਜੋ ਮਰਜ਼ੀ ਚਾਹੇ ਕੰਮ ਕਰਾ ਬਿਲਕੁਲ ਬਿਲਕੁਲ ਸਕਦਾ। ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੈ ਜੀ, ਚਲੋ ਜੀ, ਉਹਨੂੰ ਲਾ ਦਿੱਤਾ ਗਿਆ। ਉਹ ਬ੍ਰਹਮਾ ਕੋਲੇ ਗਿਆ। ਸਭ ਤੋਂ ਪਹਿਲਾਂ ਬ੍ਰਹਮਾ ਨੇ ਉਹਦਾ ਕੋਈ ਆਦਰ ਸਤਿਕਾਰ ਹੀ ਨਹੀਂ ਕੀਤਾ। ਜਦੋਂ ਉਹਦਾ ਆਦਰ ਸਤਿਕਾਰ ਹੀ ਨਹੀਂ ਕੀਤਾ ਤਾਂ ਉਸ ਨੇ ਉਸ ਨੂੰ ਕਹਿਤਾ ਕਿ ਅੱਜ ਤੋਂ ਬਾਅਦ ਤੈਨੂੰ ਕੋਈ ਬੰਦਾ ਨਹੀਂ ਪੁੱਛੂਗਾ, ਤੇਰੀ ਪੁੱਛ ਗਿੱਛ ਖਤਮ, ਕਿਉਂਕਿ ਤੂੰ ਇੱਕ ਬ੍ਰਾਹਮਣ ਦਾ ਆਦਰ ਨਹੀਂ ਕੀਤਾ, ਇਸ ਕਰਕੇ ਤੈਨੂੰ ਵੀ ਕੋਈ ਨਹੀਂ ਪੁੱਛੂਗਾ। ਬਸ ਇਸ ਤੋਂ ਠੀਕ ਬਾਅਦ ਇਸੇ ਕਰਕੇ ਬ੍ਰਹਮਾ ਦੀ ਕੋਈ ਵੈਲਿਊ ਹੈ ਨਹੀਂ ਜੀ, ਉਹਦੀ ਕੋਈ ਕੋਈ ਮੰਦਰ ਨਹੀਂ ਹੈਗਾ ਉਹਦਾ ਇੱਕ ਹੈ। ਦੋ, ਤੇ ਉਸਦੀ ਕੋਈ ਪੂਜਾ ਨਹੀਂ ਕਰਦਾ, ਨਾਲੇ ਪੈਦਾ ਕਰਨ ਵਾਲਾ ਉਹੀ ਹੈ। ਨਾਲੇ ਪੈਦਾ ਕਰਨ ਵਾਲਾ ਉਹੀ ਆ। ਪਰ ਬ੍ਰਾਹਮਣ ਨੂੰ ਇੱਥੇ ਇੰਨਾ ਸਟਰੋਂਗ, ਐਡਾ ਤਾਕਤਵਰ ਦਿਖਾਇਆ ਗਿਆ ਕਿ ਬ੍ਰਾਹਮਣ ਦਾ ਸ਼ਰਾਫ ਕਰਕੇ ਬ੍ਰਹਮਾ ਜਿਹੜਾ ਸੀ ਉਹ ਯੂਜ਼ਲੈਸ ਹੋ ਕੇ ਰਹਿ ਗਿਆ।
ਨਾਲੇ ਬ੍ਰਾਹਮਣ ਇੱਥੇ ਅਕਿਰਤਕਣ ਵੀ ਬਣ ਗਿਆ ਨਾ, ਜਿਹਨੇ ਪੈਦਾ ਕੀਤਾ ਤੁਸੀਂ, ਤੁਹਾਡੀ ਤੁਸੀਂ ਉਹਨੇ ਉਹਦੀ ਹਾਂ ਰਿਸਪੈਕਟ ਨਹੀਂ ਅਕਿਰਤਕਰਨ ਕਰਦੇ, ਹੀ ਬਣ ਗਿਆ ਅਕਿਰਤਕਣ ਵੀ ਹੋ ਬਿਲਕੁਲ। ਗਏ ਤੁਸੀਂ ਫਿਰ। ਹਾਂ ਬਸ ਜਦੋਂ ਤੋਂ ਉਹਨੇ ਸ਼ਰਾਪ ਦੇ ਦਿੱਤਾ ਉਸ ਤੋਂ ਬਾਅਦ ਬ੍ਰਹਮਾ ਦੀ ਪੂਜਾ ਬੰਦ। ਉਸ ਤੋਂ ਬਾਅਦ ਜਨਾਬ ਉੱਥੋਂ ਗੁੱਸੇ ਹੋਇਆ ਭਿਰਗੂ ਬ੍ਰਾਹਮਣ, ਉਹ ਬ੍ਰਾਹਮਣ ਜੀ ਚਲੇ ਗਏ ਜੀ ਫਿਰ ਸ਼ਿਵ ਜੀ ਦੇ ਕੋਲੇ। ਜੀ ਸ਼ਿਵ ਜੀ ਆਪਣੇ ਉਹੀ ਪੁਰਾਣੇ ਕੰਮਾਂ ਵਿੱਚ ਲਿਪਤ ਸੀ, ਉਹ ਪਾਰਵਤੀ ਦੇ ਨਾਲ ਫਿਰ ਮੈਥਨ ਦੇ ਵਿੱਚ ਲੀਨ ਸੀ, ਪਾਰਵਤੀ ਦੇ ਨਾਲ ਸੰਭੋਗ ਕਰ ਰਿਹਾ ਸੀ, ਪਿਆਰ ਮੁਹੱਬਤ ਦੇ ਵਿੱਚ ਬਿਜ਼ੀ ਸੀ। ਇੱਥੇ ਇੱਕ ਗੱਲ ਹੋਰ ਜਸਪਾਲ ਆਪਣੀ ਵਿਚਾਰ ਅਧੀਨ ਆਉਣੀ ਚਾਹੀਦੀ ਆ। ਜੀ ਜੀ ਬ੍ਰਾਹਮਣ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਜੀ ਕਿ ਸ਼ਿਵ ਜੀ ਜਿਹੜਾ ਹੈ ਉਹ ਕਾਮਦੇਵ ਨੂੰ ਖਤਮ ਕਰਤਾ, ਉਹਨੇ ਨਸ਼ਟ ਕਰਤਾ ਕਾਮਦੇਵ। ਪਰ ਹੈਰਾਨੀ ਦੀ ਗੱਲ ਆ ਕਿ ਜਿਸ ਬੰਦੇ ਨੇ ਕਾਮਦੇਵ ਨਸ਼ਟ ਕਰਤਾ, ਕਾਮ ਨਸ਼ਟ ਕਰਤਾ, ਉਹ ਜਿੱਥੇ ਮਰਜ਼ੀ ਦੇਖੋ ਕਾਮ ਦੇ ਵਿੱਚ ਲਿਪਤ ਹੁੰਦਾ। ਉਹਦੀਆਂ ਜਿਹੜੀਆਂ ਮਰਜ਼ੀ ਸਟੋਰੀਆਂ ਦੇਖ ਲਓ, ਜਾਂ ਉਹ ਕਿਸੇ ਔਰਤ ਦੇ ਮਗਰੇ, ਜਾਂ ਉਹ ਪਾਰਵਤੀ ਨਾਲ ਜੁੜਿਆ ਹੁੰਦਾ, ਜਾਂ ਕਿਸੇ ਹੋਰ ਨਾਲ ਜੁੜਿਆ ਹੁੰਦਾ, ਤਾਂ ਫਿਰ ਉਹਨੇ ਕਿਹੜਾ ਕਾਮ ਨਸ਼ਟ ਕੀਤਾ? ਇਹ ਸਵਾਲ ਹੈ ਇੱਕ। ਚਲੋ ਜੀ ਉਹ ਅਸਲ 'ਚ ਨਾ ਜਦੋਂ ਚਲੋ। ਬ੍ਰਾਹਮਣਾਂ ਨੇ ਸ਼ਿਵ ਦਾ ਲਿੰਗ ਵੱਢਤਾ ਅੱਕ ਕੇ, ਤੰਗ ਸੀ ਬ੍ਰਾਹਮਣ ਵੀ ਇੱਥੋਂ, ਤੇ ਫਿਰ ਉਹ ਆਪੇ ਹੋ ਗਿਆ ਮੁਕਤ ਕਾਮ ਤੋਂ ਫਿਰ ਉਹ। ਨਾ ਕਾਮ ਤੋਂ ਮੁਕਤ ਹੋਇਆ ਨਹੀਂ ਜੀ, ਉਹ ਫਿਰ ਵੀ ਕਰੀ ਗਿਆ, ਪਤਾ ਨਹੀਂ ਉਹ ਦੁਬਾਰਾ ਲੱਗ ਕਿਵੇਂ ਗਿਆ ਉਹ। ਅੱਛਾ ਹੁਣ ਉਦੋਂ ਸਰਜਰੀ ਕਿਹੜੀ ਹੁੰਦੀ ਸੀ ਇਹ ਵੀ ਨਹੀਂ ਪਤਾ ਲੱਗਿਆ। ਹੈਂ? ਠੀਕ ਹੈ। ਹਾਂ, ਇਹ ਬੜੇ ਸਵਾਲ ਨੇ ਜਿਹੜੇ ਅਸੀਂ ਸਾਡੇ ਸੁਣਨ ਵਾਲਿਆਂ ਤੱਕ ਛੱਡ ਰਹੇ ਹਾਂ। ਜੀ, ਚਲੋ ਜੀ, ਉਹ ਮੈਥਨ ਦੇ ਵਿੱਚ ਮਤਲਬ ਸੰਭੋਗ ਦੇ ਵਿੱਚ ਪੂਰਾ ਲੀਨ ਸੀਗਾ, ਸ਼ਿਵਜੀ ਆਪਣੇ ਕੰਮ ਦੇ ਵਿੱਚ ਪੂਰਾ ਲੱਗਿਆ ਹੋਇਆ ਸੀਗਾ, ਤੇ ਉਸਨੇ ਭਿਰਗੂ ਬ੍ਰਾਹਮਣ ਦੀ ਕੋਈ ਸੁੱਧ ਬੁੱਧ ਨਹੀਂ ਲਈ। ਭਿਰਗੂ ਬ੍ਰਾਹਮਣ ਉੱਥੇ ਬੈਠਾ ਇੰਤਜ਼ਾਰ ਕਰਦਾ ਰਿਹਾ ਬਹੁਤ ਦੇਰ ਤੱਕ, ਪਰ ਸ਼ਿਵਜੀ ਆਇਆ ਨਹੀਂ, ਉਹ ਆਪਣੇ ਕਾਮ ਦੇ ਵਿੱਚ ਹੀ ਲੁਪਤ ਸੀ। ਜੀ ਅੱਕ ਕੇ ਭਿਰਗੂ ਬ੍ਰਾਹਮਣ ਨੇ ਸ਼ਿਵਜੀ ਨੂੰ ਵੀ ਸ਼ਰਾਪ ਦਿੱਤਾ ਕਿ ਜਾ ਤੂੰ ਲਿੰਗ ਬਣ ਜੇ। ਠੀਕ ਹੈ, ਓਕੇ। ਇਹ ਨਵੀਂ ਕਹਾਣੀ ਸੁਣ ਲਈ ਮੈਂ ਅੱਜ। ਹਾਂ, ਉਹਨੂੰ ਸ਼ਰਾਪ ਦਿੱਤਾ ਵੀ ਤੂੰ ਲਿੰਗ ਬਣ ਜੇ। ਸੋ ਸੋ ਸ਼ਿਵ ਜਿਹੜਾ ਹੈ, ਸ਼ਿਵ ਜੂਨੀ ਸਹਿਤ ਲਿੰਗ ਬਣ ਗਿਆ। ਇਸ ਕਰਕੇ ਆਹ ਜਿਹੜਾ ਤੁਸੀਂ ਤਸਵੀਰ ਦੇਖ ਰਹੇ ਹੋ, ਥੱਲੇੜੀ ਜਿਹੜੀ ਤਸਵੀਰ ਆ, ਇਹ ਔਰਤ ਦੀ ਜੂਨੀ ਆ ਤੇ ਉੱਪਰ ਉਸਦਾ ਸ਼ਿਵ ਦਾ ਲਿੰਗ ਆ। ਜੀ। ਹੁਣ ਕਈ ਅੱਜ ਕੱਲ੍ਹ ਬ੍ਰਾਹਮਣਾਂ ਦਾ ਜਦੋਂ ਕੱਚਾ ਚਿੱਠਾ ਬਾਹਰ ਆਉਣ ਲੱਗ ਗਿਆ ਤਾਂ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਜੀ ਇਹ ਤਾਂ ਪ੍ਰਤੀਕ ਸੀ, ਸ਼ਿਵਲਿੰਗ ਤਾਂ ਪ੍ਰਤੀਕ ਆ। ਬਿਲਕੁਲ ਸ਼ਿਵਲਿੰਗ ਪ੍ਰਤੀਕ ਆ, ਪਰ ਇਹ ਸ਼ਿਵਲਿੰਗ ਲਿੰਗ ਦਾ ਹੀ ਪ੍ਰਤੀਕ ਆ। ਰਾਈਟ 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 ਸੋ ਇਹ ਜਿਹੜਾ ਕਹਿੰਦੇ ਨੇ ਜੀ ਨਹੀਂ ਜੀ ਇਹ ਤਾਂ ਜੀ ਫਿਲਾਸਫੀ ਆ, ਬਿਲਕੁਲ ਤੁਹਾਡੇ ਧਰਮ ਗ੍ਰੰਥਾਂ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਭਿਰਗੂ ਬ੍ਰਾਹਮਣ ਨੇ ਉਹਨੂੰ ਕਿਹਾ ਕਿ ਤੂੰ ਲਿੰਗ ਬਣ ਜਾ, ਫਿਰ ਉਹਨੇ ਕਿਹਾ ਕਿ ਤੂੰ ਜੂਨੀ ਸਹਿਤ ਲਿੰਗ ਬਣ ਜਾ, ਜੀ। ਰਾਈਟ। ਔਰ ਉਸੇ ਸ਼ਿਵਲਿੰਗ ਦੀ ਪੂਜਾ ਅੱਜ ਕੱਲ੍ਹ ਮੰਦਰਾਂ 'ਚ ਹੋ ਰਹੀ ਆ। ਕਮਾਲ ਦੀ ਗੱਲ ਇਹ ਵੀ ਆ ਕਿ ਕਾਮਦੇਵ ਨੂੰ ਨਸ਼ਟ ਕਰਨ ਵਾਲੇ ਬੰਦੇ ਦੀ ਪੂਜਾ ਜਿਹੜੀ ਆ ਮੰਦਰਾਂ 'ਚ ਹੋ ਰਹੀ ਆ। ਚਲੋ ਜੀ ਅੱਗੇ ਚੱਲਦੇ ਹਾਂ, ਜਿਹੜੀ ਕਿ ਵਿਚਾਰ ਅਧੀਨ ਆ।
एक बात ब्राह्मण ग्रंथ में बड़ी अजीब सी है कि उन्हें पढ़कर ऐसा लगता है कि उस समय देव कहे जाने वाले लोग पशुओं की तरह खुले मेथन कर। असीं आपां गल पहला भी कीती है जी जी राइट, जी 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 कि देवते जेड़े सी ओह खुले आम लोकां दे सामने ही संभोग करी जा रहे। मतलब ग्रंथा दे विच या भिरगू नूं किवें पता लग गया कि शिव जी जेड़ा मेथन दे विच लुप्ता, क्योंकि उहदे सामने कर रहा सीगा। हाँ जी, सो ਇਸੇ ਕਰਕੇ ਉਹਦੀ ਸੇਵਾ ਦੇ ਵਿੱਚ ਹਾਜ਼ਰ ਨਹੀਂ ਹੋ ਸਕਿਆ। ਹੁਣ ਇੱਥੇ ਇੱਕ ਸਵਾਲ ਹੋਰ ਆ, ਜੀ ਸ਼ਿਵਜੀ ਜਿਹੜਾ ਹੈ, ਆਪਾਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਆ ਜੀ ਕਿ ਉਹ ਡਿਸਟਰਕਸ਼ਨ ਦਾ ਦੇਵਤਾ, ਉਹ ਬਰਬਾਦੀ ਦਾ ਦੇਵਤਾ, ਵਿਨਾਸ਼ ਜਿਹਨੂੰ ਹਿੰਦੀ ਵਿਨਾਸ਼ ਕਰਨ ਵਾਲਾ। ਵਿਨਾਸ਼ ਕਰਨ ਵਾਲਾ ਦੇਵਤਾ ਉਹ। ਤੇ ਵਿਨਾਸ਼ ਕਰਨ ਵਾਲੇ ਦੇਵਤੇ ਨੂੰ ਮੰਦਿਰ ਦੇ ਵਿੱਚ ਕਿਉਂ ਰੱਖਿਆ ਗਿਆ ਜੀ, ਉਹਦੀ ਪੂਜਾ ਕਿਉਂ ਹੁੰਦੀ ਆ? ਕਿ ਬ੍ਰਾਹਮਣਵਾਦ ਸਿਰਫ ਵਿਨਾਸ਼ ਹੀ ਪਾਲਦਾ? ਰਾਈਟ, ਬਿਲਕੁਲ ਸ਼ਾਇਦ ਇਸੇ ਕਰਕੇ ਭਾਰਤ ਦੇ ਵਿੱਚ ਹੁੰਦਾ ਹੀ ਵਿਨਾਸ਼ ਆ, ਉੱਥੇ ਕੁਛ ਚੱਜ ਦੀ ਚੀਜ਼ ਹੋ ਹੀ ਨਹੀਂ ਰਹੀ, ਤਾਂ ਹੀ ਬ੍ਰਹਮਾ ਦੀ ਪੂਜਾ ਨਹੀਂ ਹੁੰਦੀ ਸਰ। ਤਾਂ ਹੀ ਬ੍ਰਹਮਾ ਦੀ ਪੂਜਾ ਨਹੀਂ ਹੁੰਦੀ। ਸੋ ਇਹ ਸਵਾਲ ਨੇ ਜਿਹੜੇ ਹੁਣ ਸਾਨੂੰ ਬ੍ਰਾਹਮਣਾਂ ਨੂੰ ਦੇਣੇ ਬਣਦੇ ਨੇ ਕਿ ਵਿਨਾਸ਼ਕਾਰੀ ਦਾ ਲਿੰਗ, ਅਸਲ 'ਚ ਹੋਰ ਚੀਜ਼ ਦੇਖੋ ਤੁਸੀਂ, ਮੈਂ ਜੀ ਜੀ ਦੇਖ ਜੀ ਰਿਹਾ ਸੀ, ਲਿੰਗ ਇੱਕ ਨਵੀਂ ਚੀਜ਼ ਪੈਦਾ ਕਰਨ ਦਾ ਤੁਸੀਂ ਕਹਿ ਲਓ ਸਿੰਬਲ ਆ, ਜੀ 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 ਨਵੀਆਂ ਰੂਹਾਂ ਨੂੰ ਦੁਨੀਆ ਦੇ ਵਿੱਚ, ਪ੍ਰੋਗਰੈਸਿਵ ਆ ਉਹ ਰਾਈਟ। ਲਿੰਗ ਦੀ ਪੂਜਾ ਹੋ ਰਹੀ ਆ, ਪਰ ਲਿੰਗ ਕਿਹਦਾ? ਉਹ ਸ਼ਿਵ ਜੀ ਦਾ ਜਿਹੜਾ ਡਿਸਟਰਕਸ਼ਨ ਚਾਹੁੰਦਾ। ਲਿੰਗ ਪੈਦਾ ਕਰ ਰਿਹਾ, ਸ਼ਿਵ ਜੀ ਡਿਸਟਰੋਏ ਕਰ ਰਿਹਾ, ਦੋਹਾਂ ਦਾ ਮੇਲ ਕਿਵੇਂ ਹੋ ਗਿਆ? ਬਿਲਕੁਲ ਮਤਲਬ ਬ੍ਰਾਹਮਣਵਾਦ ਜਿਹੜਾ ਹੈ ਉਹ ਆਪਣੇ ਆਪ ਨੂੰ ਹੀ ਕੱਟ ਰਿਹਾ। ਇਹ ਚਲੋ ਆਪਾਂ ਅੱਗੇ ਚੱਲਦੇ ਹਾਂ, ਜੀ ਗੱਲਾਂ ਬਹੁਤ ਨੇ ਇਸੇ ਆ ਤਰੀਕੇ ਸਵਾਲ ਤਾਂ ਦੀਆਂ, ਬਹੁਤ ਹੋ ਜਾਣੇ ਆ। ਬਹੁਤ ਬਹੁਤ ਸਵਾਲ ਹੋ ਜਾਣਗੇ, ਪਰ ਹਾਂਜੀ ਆਪਾਂ ਹਾਂਜੀ ਮਾੜੇ ਹਾਂ ਮੋਟੇ ਕਰਦੇ ਜਾਂਦੇ ਹਾਂ। ਜੀ 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 ਅੱਛਾ, ਬ੍ਰਾਹਮਣਵਾਦ ਦੇ ਵਿੱਚ ਇੱਕ ਹੋਰ ਖੂਬੀ ਵੀ ਆ, ਬ੍ਰਾਹਮਣ ਯੱਗੋ ਮੇਂ ਵੀ ਭਾਗ ਪਰਾਈ ਇਸਤਰੀਓਂ ਕਾ ਵਿਚਾਰ ਕਰਤੇ ਥੇ, ਬ੍ਰਾਹਮਣੋਂ ਨੇ ਤੋ ਲਿੰਗ ਕੋ ਵੀ ਭਗਵਾਨ ਬਣਾ ਦਿਆ, ਮੈਥਨ ਕਰਤੇ ਸਮੇਂ ਇਸਤਰੀ ਪੁਰਸ਼ੋਂ ਕੀ ਮੂਰਤੀਆਂ ਮੰਦਿਰੋਂ ਕੇ ਦਰਵਾਜ਼ੋਂ ਪਰ ਔਰ ਪ੍ਰਾਂਗਣੋਂ ਮੇਂ ਸਜਾ ਦੀ ਗਈ, ਦੇਵਦਾਸੀਓਂ ਕੇ ਰੂਪ ਮੇਂ ਮੰਦਿਰ ਪ੍ਰਾਂਗਣ ਬੇਸ਼ਮਾਰ ਨਚਾ ਦੀ ਗਈ। ਠੀਕ ਆ, ਹੁਣ ਮਤਲਬ ਤੁਸੀਂ ਦੇਖੋ ਕਿ ਜਿਹੜਾ ਇਹ ਯੱਗ ਕਰਦੇ ਨੇ ਉਹਦੇ ਵਿੱਚ ਵੀ ਬਹੁਤ ਜਗ੍ਹਾ ਦੇ ਉੱਤੇ ਆ ਜਾਂਦਾ, ਕਿਉਂਕਿ ਅੱਜ ਦਾ ਆਪਣਾ ਇਹ ਉਹ ਵਿਸ਼ਾ ਨਹੀਂ ਹੈ, ਜੀ ਪਰ ਜੀ ਜੀ ਸਾਡਾ ਇਹ ਦੱਸਣਾ ਫਰਜ਼ ਬਣਦਾ ਕਿ ਜੀ ਉੱਥੇ ਵੀ ਇਹ ਔਰਤਾਂ ਦੇ ਨਾਲ, ਖਾਸ ਤੌਰ ਤੇ ਪਰਾਈ ਔਰਤਾਂ ਦੇ ਨਾਲ ਬਹੁਤ ਨਜਾਇਜ਼ ਕੰਮ ਕਰਦੇ ਸੀ, ਅਕਸਰ ਉਹਨਾਂ ਦੇ ਰੇਪ ਹੁੰਦੇ ਸੀ। ਔਰ ਕਮਾਲ ਦੀ ਗੱਲ ਦੇਖੋ ਕਿ ਲਿੰਗ ਨੂੰ ਹੀ ਇਹਨਾਂ ਨੇ ਭਗਵਾਨ ਬਣਾ ਲਿਆ, ਕਿਉਂਕਿ ਉਹਨੇ ਪਹਿਲਾਂ ਕਹਿਤਾ ਕਿ ਸ਼ਿਵ ਜੀ ਨੂੰ ਕਹਿਤਾ ਕਿ ਅੱਜ ਤੋਂ ਬਾਅਦ ਤੂੰ ਲਿੰਗ ਬਣ ਜਾਏ। ਸ਼ਿਵ ਜੀ ਲਿੰਗ ਰੂਪ ਦੇ ਵਿੱਚ ਪੂਜਿਆ ਜਾ ਰਿਹਾ, ਭਗਵਾਨ ਜਿਹੜਾ ਲਿੰਗ ਰੂਪ ਦੇ ਵਿੱਚ ਪੂਜਿਆ ਜਾ ਰਿਹਾ, ਸੋ ਲਿੰਗ ਹੀ ਭਗਵਾਨ ਬਣ ਗਿਆ। ਦੱਸੋ। ਕੀ ਸਵਾਲ ਆ, ਹੁਣ ਫਿਰ ਸਵਾਲ ਆ ਕਿ ਕੀ ਇਹ ਸਾਡਾ ਕਲਚਰ ਹੈਗਾ, ਇਹ ਪੰਜਾਬ ਦਾ ਸਿੱਖੀ ਦਾ ਇਹ ਸਿਧਾਂਤ ਹੈਗਾ, ਇਹ ਕਲਚਰ ਹੈਗਾ, ਕੀ ਪੰਜਾਬ ਦੇ ਵਿੱਚ ਇਹ ਕੁਛ ਹੁੰਦਾ ਉਸ ਤੋਂ ਕਿ ਬੜੀ ਇਹ ਸ਼ਰਮ ਵਾਲੀ ਗੱਲ ਹੈ ਜਦੋਂ ਕੋਈ ਬੇਵਕੂਫ ਲੋਕ ਕਹਿੰਦੇ ਸ਼ਿਵ ਲਿੰਗ ਦੇ ਵਿੱਚ ਸਾਨੂੰ ਭਗਵਾਨ ਦੇ ਦਰਸ਼ਨ ਹੋ ਗਏ। ਹਾਂ, ਕਿਉਂਕਿ ਉਹਨਾਂ ਦਾ ਭਗਵਾਨ ਆ, ਮਤਲਬ ਪਰ ਲਿੰਗ ਆਪਦੇ ਲਿੰਗ ਵਿੱਚ ਕੋਈ ਬੰਦਾ ਆਪਣੀ ਸ਼ਕਲ ਦਿਖਾ ਸਕਦਾ ਹੈ? ਬਿਲਕੁਲ ਵੀ ਨਹੀਂ, ਪਰ ਉੱਥੇ ਪਈ ਪੱਥਰ ਦੀ ਮੂਰਤੀ ਵਿੱਚ ਉਹਨਾਂ ਨੂੰ ਦਿਖੀ ਜਾ ਰਹੀ ਹੈ। ਸੋ ਫਿਰ ਮਤਲਬ ਇੱਕ ਮਨੋਵਿਗਿਆਨਕ ਸਾਈਕੈਟ੍ਰਿਕ ਦਾ ਸਵਾਲ ਆ ਜੀ ਕਿ
ਇਸ ਚੀਜ਼ ਨੂੰ ਅੱਗੇ ਦੇਖਦੇ ਹੋਏ ਵੀ ਕਿ ਇਹਨਾਂ ਨੇ ਫਿਰ ਮੰਦਿਰਾਂ ਦੇ ਵਿੱਚ ਮੰਦਿਰਾਂ ਦੀਆਂ ਇਹੋ ਜਿਹੀਆਂ ਮੂਰਤੀਆਂ ਟੰਗੀਆਂ ਹੋਈਆਂ ਨੇ, ਮੰਦਿਰਾਂ ਦੇ ਦਰਵਾਜ਼ੇ ਦੇ ਉੱਤੇ ਕਾਮਕ ਮੂਰਤੀਆਂ ਲੱਗੀਆਂ ਹੋਈਆਂ ਨੇ, ਬਿਲਕੁਲ ਬਿਲਕੁਲ ਜਿੱਥੇ ਬਿਲਕੁਲ ਭਗਵਾਨ ਪਾਰਵਤੀ ਦੇ ਨਾਲ ਲੱਗਿਆ ਹੋਇਆ, ਜਾਂ ਯੋਗੀ ਆਪਣੀ ਵਾਈਫ ਦੇ ਨਾਲ, ਜਾਂ ਮਰਦ ਔਰਤ ਦੇ ਸਿੱਧੇ ਸਿੱਧੇ ਸੰਬੰਧ ਦਿਖਾਏ ਗਏ ਨੇ। ਹਾਂਜੀ, ਉਹ ਉਹਨਾਂ ਦੇ ਵਿਹੜਿਆਂ ਦੇ ਵਿੱਚ, ਮੰਦਿਰਾਂ ਦੇ ਵਿਹੜਿਆਂ ਦੇ ਵਿੱਚ ਇਹੋ ਜਿਹੇ ਬੁੱਤ ਲੱਗੇ ਹੋਏ ਨੇ। ਦੇਵਦਾਸੀਆਂ ਨੂੰ ਮੰਦਿਰਾਂ ਦੇ ਵਿਹੜਿਆਂ ਦੇ ਵਿੱਚ ਨਚਾਇਆ ਜਾਂਦਾ, ਕੀ ਇਹ ਧਰਮ ਆ? ਕੋਈ ਮਾਫੀ ਚਾਹੁੰਦੇ ਹਾਂ, ਵੈਸੇ ਇਹੋ ਜਿਹਾ ਡਾਂਸ ਤਾਂ ਫਿਰ ਤੁਹਾਨੂੰ ਪਤਾ ਵੀ ਕਿੱਥੇ ਹੁੰਦਾ, ਉਹਨੂੰ ਆਪਾਂ ਨਾਂ ਨਹੀਂ ਲੈਣਾ ਚਾਹਾਂਗੇ। ਔਰਤ ਦਾ ਜਿਹੜਾ ਮੁਜਰੇ ਨੇ ਉਹ ਕਿੱਥੇ ਹੁੰਦੇ ਨੇ? ਬਿਲਕੁਲ 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 ਬੇਸਿਕਲੀ ਮੁਜਰਾ ਹੀ ਆ ਨਾ ਜੀ। ਬਿਲਕੁਲ ਸਹੀ ਗੱਲ ਹੈ। ਹਾਂ, ਜਿਸ ਹਿਸਾਬ ਨਾਲ ਸੋ ਸ਼ਰਾਬ ਦੀਆਂ ਚੀਜ਼ਾਂ ਦੀ ਪੂਜਾ ਹੋਵੇ ਤਾਂ ਫਿਰ ਕਲੱਬ ਪਾਰਟੀਆਂ ਜਿਹੜੀ ਹੁੰਦੀਆਂ ਨੇ ਕਲੱਬਾਂ ਦੇ ਵਿੱਚ, ਬਿਲਕੁਲ ਠੀਕ ਹੈ ਜੀ, ਉਸ ਸਮੇਂ ਦੇ ਕਲੱਬ ਮੰਦਿਰ ਕਾਹਦੇ, ਫਿਰ ਉਸ ਸਮੇਂ ਦੇ ਕਲੱਬ ਸੀ ਜਿਸ ਕਾਮ ਦੀ ਸਿਸਟਮ ਚੱਲੀ ਜਾਵੇ, ਲਿੰਗ ਹੋਏ ਹੋਣ ਉੱਥੇ ਤੇ ਹਾਂ ਗੰਦ ਮੰਦ ਦਿਖਾਈ ਜਾਵੇ ਉੱਥੇ ਸਾਰਾ ਕੁਝ, ਤੇ ਫਿਰ ਉਹ ਉਹਨੂੰ ਕੋਈ ਕਲੱਬ ਪਾਰਟੀ ਕਹਿ ਸਕਦੇ ਆਪਾਂ। ਐਡਵਾਂਸ ਸੁਸਾਇਟੀ ਸੀ ਹਿੰਦੂਇਜ਼ਮ ਉਸ ਪੁਰਾਣੇ ਟਾਈਮ ਦੀ, ਬ੍ਰਾਹਮਣਿਜ਼ਮ ਮੈਨੂੰ ਤਾਂ ਇਹ ਐਡਵਾਂਸ ਸੀਗੇ ਜਾਂ ਬੇਸਿਕਲ ਪਸ਼ੂ ਵਿਰਤੀ ਜਿਹੜਾ ਸੀ, ਮੈਨੂੰ ਜਿਹੜਾ ਤਾਂ ਲੱਗ ਜਿਹੜਾ ਅੱਜ ਕੱਲ੍ਹ ਆਪਾਂ ਦੇਖਦੇ ਇੰਨਾ ਗੰਦ ਪੈ ਗਿਆ, ਆਪਣੇ ਬੱਚੇ ਬਚਾਓ ਜੀ, ਇਹ ਇੱਥੇ ਬੱਚੇ ਇੱਧਰ ਨਾ ਜਾਣ ਦਿਓ, ਹੈ ਨਾ, ਤੇ ਉਹ ਇਸ ਪੁਰਾਣੇ ਟਾਈਮ ਤੇ ਗੰਦ ਪਾਉਂਦੇ ਆ ਰਿਹਾ ਫਿਰ ਉਸ ਹਿਸਾਬ ਨਾਲ। ਬਿਲਕੁਲ। ਸੋ ਹੁਣ ਤੁਸੀਂ ਦੇਖੋ ਕਿ ਆਪਾਂ ਅੱਜ 21ਵੀਂ ਸਦੀ 'ਚ ਪਹੁੰਚ ਚੁੱਕੇ ਹਾਂ, ਜੀ ਅੱਜ ਵੀ ਬ੍ਰਾਹਮਣੀ ਕਾਲ ਹਿੰਦੂ ਧਰਮ ਦੇ ਵਿੱਚ ਇਹ ਰਵੀਤ ਚੱਲਦੀ ਹੈ ਕਿ ਜਿਹੜੀ ਨਵੀਂ ਵਹੁਟੀ ਆਉਂਦੀ ਹੈ, ਨਵੀਂ ਬਹੂ ਹੁੰਦੀ ਹੈ ਵਿਆਹੀ ਹੋਈ, ਉਸ ਦਾ ਸਭ ਤੋਂ ਪਹਿਲਾਂ ਸ਼ਿਵਲਿੰਗ ਦੇ ਨਾਲ ਸਪਰਸ਼ ਕਰਾਇਆ ਜਾਂਦਾ। ਉਹ ਆਪਣੇ ਪਤੀ ਦੇ ਕੋਲੇ ਬਾਅਦ 'ਚ ਜਾਂਦੀ ਹੈ, ਪਹਿਲਾਂ ਉਹ ਸ਼ਿਵਲਿੰਗ ਦੇ ਨਾਲ ਸਪਰਸ਼ ਕਰਦੀ ਹੈ। ਇਹ ਗੱਲ ਬੜੀ ਪ੍ਰਚਲਿਤ ਆ, ਵੈਲ ਨੋਨ ਆ, ਸਭ ਨੂੰ ਜੀ ਜੀ ਪਤਾ ਜੀ ਹੈਗਾ। ਜੀ ਜੀ ਠੀਕ ਹੈ ਜੀ। ਅੱਜ ਹੋ ਸਕਦਾ, ਅੱਜ ਦੇ ਮੈਨੂੰ ਹੁਣ ਪਤਾ ਨਹੀਂ ਗਾ, ਕਿ ਸ਼ਾਇਦ ਪੁਜਾਰਨ ਨਹੀਂ, ਹੁਣ ਔਰਤਾਂ ਸਪਰਸ਼ ਜਿਹੜੀਆਂ ਕਰਨ ਨੇ, ਲੱਗਿਆ ਸਰ, ਉਹਨੇ ਬਦਲਤਾ ਨਾ, ਪੂਜਾ ਕਰ ਲਓ, ਟੱਲੀਆਂ ਖੜਕਾ ਲਓ, ਪਾਣੀ ਚੜਾ ਲਓ, ਨਹੀਂ ਸਪਰਸ਼ ਵੀ ਹੁੰਦਾ ਜੀ। ਚਲੋ ਕਰਦੇ ਵੀ ਨੇ ਪਿੰਡਾਂ ਵਿੱਚ ਬਹੁਤ, ਜਿਹੜੇ ਅੰਧ ਵਿਸ਼ਵਾਸੀ ਨੇ, ਹਾਂ ਜਿਹੜੇ ਕੋਈ ਗੱਲ ਬਣੀ ਤਾਂ ਉਹ ਇਸ ਕਰਕੇ ਬਣੀ ਨਾ, ਕੋਈ ਚੀਜ਼ ਹੁੰਦੀ ਹੋਊਗੀ ਤਾਂ ਹੀ ਬਣੀ ਹੋਈ ਹੈ ਨਾ। ਨਹੀਂ ਬਿਲਕੁਲ, ਸਵਾਲ ਇਹ ਨਹੀਂ ਗਾ, ਇਹ ਜਿਹੜਾ ਸਪਰਸ਼ ਕਰਾਉਂਦੇ ਸੀ ਉਹ ਵੀ ਬ੍ਰਾਹਮਣ ਬੰਦੇ ਕਰਾਉਂਦੇ ਸੀ, ਸਰ ਨਾਲੇ ਮੇਨ ਗੱਲ ਹੈ ਜਦੋਂ ਇੱਕ ਲਿੰਗ ਦੀ ਨਵੀਂ। ਪ੍ਰਤੀਕ, ਲਿੰਗ ਦਾ ਪ੍ਰਤੀਕ ਬਣ ਗਿਆ ਉੱਥੇ, ਜੇ ਔਰਤ ਹੱਥ ਲਾਉਂਦੀ ਹੈ ਤਾਂ ਸਪਰਸ਼ ਤਾਂ ਆਪੇ ਹੋ ਗਿਆ। ਨਹੀਂ ਜੀ, ਸਪਰਸ਼ ਦਾ ਮਤਲਬ ਆ ਬੇਸਿਕਲੀ ਯੋਨੀ ਨੂੰ ਲੇਸਨ, ਟੱਚ ਕਰਨਾ, ਹਾਂ, ਜੋਨੀ ਨੂੰ ਟੱਚ ਕਰਾਉਣਾ, ਪਰ ਜੇ ਔਰ ਉਹ ਨਹੀਂ ਉਸ ਵੀ ਟੱਚ, ਕਰਦੇ ਹੋਣਗੇ ਤਾਂ ਇੱਕ ਸ਼ਰਮ ਤਾਂ ਹੋਣੀ ਚਾਹੀਦੀ, ਗੈਰ ਮਰਦ ਦੇ ਲਿੰਗ ਨੂੰ ਔਰਤ ਕਿਵੇਂ ਟੱਚ ਕਰਦੀ ਹੈ ਜੀ, ਬਿਲਕੁਲ, ਇਹ ਵੀ ਤਾਂ ਸਵਾਲ ਬਣਦਾ ਨਾ ਇੱਕ, ਹਾਂ, ਜੇ ਉੱਤੇ ਔਰ ਜਲ ਉਹ ਚੜਾਉਂਦੀ ਆ, ਵੀ ਪੂਜਾ ਪਾਠ ਕਰਦੀ ਆ, ਉਹਦੇ ਮੱਥਾ ਟੇਕਦੀ ਆ, ਤਾਂ ਫਿਰ ਇਹਦੇ ਸਵਾਲ ਤਾਂ ਹਿੰਦੂਆਂ ਦੇ ਸਾਹਮਣੇ ਆਪੇ ਖੜਾ ਹੋ ਗਿਆ ਵੀ ਤੁਹਾਡੀਆਂ ਔਰਤਾਂ ਕੀ ਕਰਦੀਆਂ ਫਿਰ ਬਗਾਨੇ ਮਰਦ ਦੇ ਲਿੰਗ ਦੇ ਕੋਲ ਫਿਰ ਹਾਂ, ਇੱਕ ਤਾਂ ਸਵਾਲ ਇਹ ਹੋ ਗਿਆ, ਜੀ। ਜਿਹੜਾ ਉਹ ਲਿੰਗ ਸਪਰਸ਼ ਕਰਾਉਂਦੇ ਨੇ ਉਹ ਵੀ ਬੰਦੇ ਕਰਵਾਉਂਦੇ ਸੀ, ਔਰਤ ਤੋਂ, ਅੱਛਾ ਜਿਹੜੇ ਬ੍ਰਾਹਮਣ ਸੀ ਉਹੀ ਕਰਵਾਉਂਦੇ ਸੀ। ਹੁਣ ਉੱਥੇ ਤੁਹਾਨੂੰ ਸਪਸ਼ਟ ਹੋਊਗਾ ਕਿ ਬ੍ਰਾਹਮਣ ਖੁਦ ਵੀ ਫਿਰ ਉੱਥੇ ਕੀ ਕਰਦਾ ਹੋਊਗਾ। ਸੋ ਇਸ ਢੰਗ ਦਾ ਸਿਸਟਮ ਜਿਹੜਾ ਹੈਗਾ, ਕੀ ਪੰਜਾਬ ਦਾ ਕਲਚਰ ਆ, ਇਹ ਸਾਨੂੰ ਫਿਰ ਸੋਚਣਾ ਪਊਗਾ ਕਿ ਪੰਜਾਬ ਇਸ ਢੰਗ ਦਾ ਕਦੇ ਵੀ ਨਹੀਂ ਸੀ, ਅੱਜ ਵੀ ਨਹੀਂ ਹੈ। ਇਹ ਧੱਕੇ ਦੇ ਨਾਲ ਬ੍ਰਾਹਮਣੀਕਲ ਜਿਹੜਾ ਮਨੁਵਾਦੀ ਸਿਸਟਮ ਆ, ਇਹੋ ਜਿਹਾ ਗੰਦ ਉਹ ਸਾਡੇ ਉੱਤੇ ਥੋਪ ਰਿਹਾ, ਇਹਨੂੰ ਸੋਚਣ ਦੀ ਗੱਲ ਆ। ਚਲੋ ਜੀ, ਅੱਗੇ ਚੱਲਦੇ ਹਾਂ ਆਪਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ, ਬ੍ਰਾਹਮਣ ਕਲ ਜਿਹੜੇ ਗ੍ਰੰਥ ਨੇ ਬ੍ਰਾਹਮਣ ਦੇ, ਉਹਨਾਂ ਵਿੱਚ ਸ਼ਿਵ ਦੇ ਕੋਲੋਂ
ਕੀਤੇ ਗਏ ਭਰਪੂਰ ਕਾਰਨਾਮਿਆਂ ਦੇ ਆਪਾਂ ਵਿਚਾਰ ਕਰਦੇ ਹਾਂ। ਠੀਕ ਹੈ। ਹਲੇ ਤੁਸੀਂ ਸ਼ਿਵ ਜੀ ਮਹਾਰਾਜ ਨੂੰ ਥੋੜ੍ਹਾ ਬਹੁਤ ਹੀ ਦੇਖਿਆ, ਇਹ ਇਸ ਤੋਂ ਵੀ ਅੱਗੇ ਬਹੁਤ ਕੁਛ ਅੱਗੇ ਨੰਗੇ ਹੋਏ ਸੀ। ਜੀ। ਮੋਹਣੀ ਇੱਕ ਔਰਤ ਹੋਈ ਹੈ, ਦੇਵੀ ਹੋਈ ਹੈ ਇਹਨਾਂ ਦੀ, ਇਸਤਰੀ ਸੀ, ਜਿਹੜੀ ਕਿ ਵਿਸ਼ਨੂੰ ਭਗਵਾਨ ਦਾ ਅਵਤਾਰ ਸੀ। ਸੋ ਹਿੰਦੂ ਮਿਥਿਓਲੋਜੀ ਜਾਂ ਹਿੰਦੂ ਇਤਿਹਾਸ ਦੇ ਵਿੱਚ, ਹਿੰਦੂ ਸਿਧਾਂਤ ਦੇ ਵਿੱਚ ਇੱਕੋ ਇੱਕ ਔਰਤ ਜਿਹੜੀ ਆ ਵਿਸ਼ਨੂੰ ਦਾ ਅਵਤਾਰ ਹੋਈ ਆ, ਉਹ ਮੋਹਣੀ ਹੋਈ ਆ। ਸੋ ਕਹਾਣੀ ਇਸ ਢੰਗ ਨਾਲ ਚੱਲਦੀ ਆ ਕਿ ਜਦੋਂ ਸਮੁੰਦਰ ਮੰਥਨ ਹੋਇਆ, ਉਹਦੇ ਵਿੱਚੋਂ ਅੰਮ੍ਰਿਤ ਨਿਕਲ ਗਿਆ, ਤੇ ਜਿਹੜੀਆਂ ਉਹਦੀਆਂ ਸ਼ਰਤਾਂ ਸੀਗੀਆਂ, ਉਹਦੇ ਮੁਤਾਬਕ ਜਿਹੜੇ ਅਸੁਰ ਸੀਗੇ ਉਹਨਾਂ ਦਾ ਅੰਮ੍ਰਿਤ ਤੇ ਅਧਿਕਾਰ ਹੋ ਗਿਆ। ਜਿਹੜਾ ਅੰਮ੍ਰਿਤ ਸੀ ਉਹ ਅਸੁਰਾਂ ਕੋਲੇ ਜਾਣਾ ਸੀ, ਦੇਵਤਿਆਂ ਕੋਲੇ ਨਹੀਂ ਸੀ ਜਾਣਾ, ਜਾਂ ਉਹ ਰਾਕਸ਼ਸਾਂ ਕੋਲੇ ਜਾਣਾ ਸੀ, ਦੇਵਤਿਆਂ ਨੂੰ ਨਹੀਂ ਸੀ ਮਿਲਣਾ। ਫੇਰ ਸਾਲਾ ਇਹੋ ਜਿਹਾ ਦੇਵਤਾ ਹੀ ਕਾਹਦਾ ਹੋਇਆ ਜਿਹੜਾ ਠੱਗੀ ਨਾ ਮਰੇ, ਧੋਖਾ ਨਾ ਬਿਲਕੁਲ। ਦੇਵੇ। ਹਾਂਜੀ, ਉਹ ਦੇਵਤੇ ਜਨਾਬ ਵਿਸ਼ਨੂੰ ਨੇ ਫਿਰ ਕੀ ਕੀਤਾ ਵੀ ਮੋਹਣੀ ਦਾ ਰੂਪ ਧਾਰਨ ਕੀਤਾ, ਮੋਹਣੀ ਦਾ ਅਵਤਾਰ ਰੂਪ ਧਾਰਨ ਕੀਤਾ, ਤੇ ਅੰਮ੍ਰਿਤ ਵਾਲਾ ਘੜਾ ਚੱਕ ਕੇ ਭੱਜ ਲਈ ਤੇ ਦੇਵਤਿਆਂ ਨੂੰ ਪਿਲਾਉਣ ਲੱਗ ਗਈ। ਉਹ ਵਿਚਾਰੇ ਜਿਹੜੇ ਅਸੁਰ ਸੀ, ਰਾਕਸ਼ਸ ਜਿਨ੍ਹਾਂ ਨੂੰ ਇਹ ਕਹਿੰਦੇ ਨੇ, ਉਹ ਤਾਂ ਹਲੇ ਸੋਚ ਹੀ ਰਹੇ ਸੀ। ਉਹ ਕਹਿੰਦੇ ਵੀ ਮੋਹਣੀ ਇੰਨੀ ਖੂਬਸੂਰਤ ਸੀਗੀ ਕਿ ਸ਼ਿਵਜੀ ਤੋਂ ਫੇਰ ਨਹੀਂ ਰੋਕਿਆ ਗਿਆ, ਉਹ ਮੋਹਣੀ ਦੇ ਪਿੱਛੇ ਭੱਜ ਲਿਆ। ਹੁਣ ਫੇਰ ਦੇਖੋ ਤੁਸੀਂ, ਮੈਂ ਬਾਰ ਗੱਲ ਆਪਾਂ ਨੂੰ ਬਾਰ ਬਾਰ ਰਿਪੀਟ ਕਰ ਰਹੇ ਹਾਂ ਜੀ। ਕਿ ਇੱਕ ਪਾਸੇ ਸ਼ਿਵ ਨੂੰ ਕਿਹਾ ਜਾ ਰਿਹਾ ਕਿ ਇਸ ਨੇ ਬਾਸਨਾ ਨੂੰ, ਜਿਹੜੀ ਬਾਸਨਾ ਹੁੰਦੀ ਆ ਫਤਿਹ ਜਾਂ ਕਰ ਲਿਆ, ਜਿੱਤ ਕਾਮ ਲਿਆ, ਖਤਮ ਜਿੱਤ ਕਰਤਾ। ਲਿਆ, ਉਸ ਨੂੰ ਜਲਾ ਕੇ ਨਸ਼ਟ ਕਰਤਾ, ਪਰ ਇੱਥੇ ਤਾਂ ਮੋਹਣੀ ਦੇ ਮਗਰ ਭੱਜਿਆ ਜਾ ਰਿਹਾ। ਫਿਰ ਤੁਸੀਂ ਹੱਦ ਦੇਖੋ ਵੀ, ਜੇ ਉਹਨੇ ਜਲਾ ਕੇ ਨਸ਼ਟ ਕਰਤਾ ਸੀ ਫਿਰ ਤਾਂ ਉਹਨੂੰ ਝਾਕਣਾ ਵੀ ਨਹੀਂ ਸੀ ਚਾਹੀਦਾ। ਪਰ ਸ਼ਿਵਜੀ ਮਹਾਰਾਜ ਇਹੋ ਜਿਹਾ ਕਦੇ ਮੌਕਾ ਛੱਡਦੇ ਹੀ ਨਹੀਂ ਸੀਗੇ। ਸੋ ਮੋਹਣੀ ਦੇ ਮਗਰ ਵੀ ਭੱਜ ਲਿਆ, ਔਰ ਪੂਰੀ ਤਰੀਕੇ ਦੇ ਨਾਲ ਅੰਨੇ ਬਾਂਹ ਭੱਜ ਲਿਆ। ਉਹਨੇ ਅੱਗਾ ਨਹੀਂ ਦੇਖਿਆ, ਪਿੱਛਾ ਨਹੀਂ ਦੇਖਿਆ, ਉੱਥੇ ਸਾਰੇ ਦੇਵਤੇ ਇਕੱਠੇ ਹੋਏ ਹੋਏ ਨੇ, ਹੋਰ ਲੋਕ ਇਕੱਠੇ ਹੋਏ ਹੋਏ ਨੇ, ਕਿਸੇ ਦੀ ਕੋਈ ਪਰਵਾਹ ਨਹੀਂ। ਸ਼ਿਵਜੀ ਮਹਾਰਾਜ ਜੀ ਉਹਦੇ ਮਗਰ ਭੱਜ ਲਏ, ਔਰ ਉਹ ਇਸ ਢੰਗ ਦੇ ਨਾਲ ਅੰਨਾ ਹੋ ਕੇ ਮੋਹਣੀ ਦੇ ਪਿੱਛੇ ਭੱਜਿਆ ਜਾ ਰਿਹਾ ਸੀ, ਜਿਵੇਂ ਹਥਨੀ ਦੇ ਪਿੱਛੇ ਬਾਸ਼ਨਾ ਗ੍ਰਸਤ, ਬਾਸ਼ਨਾ ਪੀੜਤ ਹਾਥੀ ਭੱਜਦਾ। ਜੀ। ਚਲੋ ਜੀ, ਇੰਨੀ ਤੇਜ਼ੀ ਨਾਲ ਭੱਜਿਆ, ਭੱਜਦੇ ਭੱਜਦੇ ਨੂੰ ਉਹਨੂੰ ਪਸੀਨਾ ਆ ਗਿਆ, ਜੀ ਤੇ ਪਸੀਨਾ ਆ ਗਿਆ ਫਿਰ ਹੌਲੀ ਹੌਲੀ ਉਹ ਵੀ ਵਿਚਾਰੀ ਦਾ ਜਿਹੜਾ ਸਾੜੀ ਦਾ ਪੱਲੂ ਸੀ ਉਹ ਖਿਸਕ ਗਿਆ। ਜੀ ਅੱਛਾ, ਇੱਥੇ ਇੱਕ ਚੀਜ਼ ਦੱਸਦੀ ਹੈ ਕਿ ਅੱਜ ਕੱਲ੍ਹ ਬਲਾਊਜ਼ ਪਾਇਆ ਜਾਂਦਾ ਸਾੜੀ ਤੇ, ਪਰ ਪੁਰਾਣੇ ਸਮੇਂ ਦੇ ਵਿੱਚ ਬਲਾਊਜ਼ ਨਹੀਂ ਸੀ ਹੁੰਦਾ, ਸਾੜੀ ਦੇ ਨਾਲ ਹੀ ਔਰਤਾਂ ਆਪਣਾ ਜਿਸਮ ਢੱਕ ਲੈਂਦੀਆਂ ਸੀ, ਪੱਲੂ ਦੇ ਜੀ ਨਾਲ ਹੀ। ਜੀ ਜੇ ਤੁਸੀਂ ਹੁਣ ਵੀ ਗੋਬਰ ਵੈਲਟ ਦੇ ਪਿੰਡਾਂ 'ਚ ਜਾਓਗੇ ਜਾਂ ਦੱਖਣ ਦੇ ਪਿੰਡਾਂ 'ਚ ਜਾਓਗੇ ਤਾਂ ਜੀ ਤੁਹਾਨੂੰ ਉੱਥੇ ਔਰਤਾਂ ਦੇ ਬਲਾਊਜ਼ ਨਹੀਂ ਪਾਏ ਹੁੰਦੇ, ਉਹਨਾਂ ਨੇ ਕਵਰੀ ਕਵਰੀ ਕੀਤਾ ਹੁੰਦਾ। ਜੀ 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 ਸੋ ਉਸ ਦਾ ਵੀ ਵਿਚਾਰੀ ਦਾ ਪੱਲੂ ਜਿਹੜਾ ਸੀ ਉਹ ਖਿਸਕ ਗਿਆ, ਤੇ ਉਹ ਕਹਿੰਦੇ ਨੇ ਵੀ ਉਹਦੀ ਛਾਤੀ ਜਿਹੜੀਆਂ ਸੀਗੀਆਂ ਉਹ ਗੇਂਦ ਦੀ ਤਰ੍ਹਾਂ ਉਛਲ ਰਹੀਆਂ ਸੀ। ਸ਼ਿਵਜੀ ਜਨਾਬ ਹੋਰ ਹੋਰ ਪਾਗਲ ਹੋ ਪਾਗਲ ਗਿਆ। ਹੋ ਗਏ, ਹੋਰ ਪਾਗਲ ਹੋ ਗਿਆ, ਤੇ ਇਹਦਾ ਕਰਦੇ ਕਰਾਉਂਦੇ ਦਾ ਫਿਰ ਤੋਂ ਵੀਰਿਆ ਜਿਹੜਾ ਸੀ ਉਹ ਸਖਲਤ ਹੋ ਗਿਆ, ਫਿਰ ਡਿਸਚਾਰਜ ਹੋ ਗਿਆ। ਸੋ ਉਹਨਾਂ ਦੀ ਜਿਹੜੀ ਕਥਾ ਦੇ ਮੁਤਾਬਕ ਜੀ, ਜਿੱਥੇ ਤਾਂ ਸ਼ਿਵਜੀ ਦਾ ਪਸੀਨਾ ਗਿਰਦਾ ਸੀ ਉੱਥੇ ਤਾਂ ਚਾਂਦੀ ਦੀਆਂ ਖਾਨਾਂ ਬਣ ਗਈਆਂ,
ਤੇ ਜਿੱਥੇ ਬੀਰ ਜਾਂ ਬੀਰਿਆ ਗਿਰਿਆ ਉਹਦਾ, ਜਿੱਥੇ ਉਸਦੇ ਸਪਰਮਸ ਗਿਰ ਰਹੇ ਸੀ, ਉਹ ਸੋਨੇ ਦੀਆਂ ਖਾਨਾਂ ਬਣ ਗਈਆਂ। ਮਤਲਬ ਧਰਤੀ ਦੇ ਜਿੱਥੇ ਵੀ ਸੋਨਾ ਹੈਗਾ ਤੁਸੀਂ ਸ਼ਿਵ ਜੀ ਦਾ ਵੀਰ ਚ ਡਿੱਗਿਆ ਹੋਇਆ। ਸ਼ਿਵ ਜੀ ਦਾ ਬੀਰ ਜ ਡਿੱਗਿਆ ਹੋਇਆ, ਤੇ ਜਿੱਥੇ ਚਾਂਦੀ ਦੀਆਂ ਖਾਨਾਂ ਨੇ ਉੱਥੇ ਉਹਦਾ ਪਸੀਨਾ ਡਿੱਗਿਆ ਹੋਇਆ। ਮੇਰੇ ਖਿਆਲ ਦੇ ਵਿੱਚ ਮੋਦੀ ਹੁਣਾਂ ਨੂੰ ਤਾਂ ਕਲੇਮ ਕਰਨਾ ਚਾਹੀਦਾ ਕਿ ਦੁਨੀਆ ਦੀਆਂ ਸਾਰੀਆਂ ਜਿਹੜੀਆਂ ਸੋਨੇ ਤੇ ਚਾਂਦੀ ਦੀਆਂ ਖਾਨਾਂ ਨੇ ਉਹ ਭਾਰਤ ਦੀਆਂ ਨੇ ਜੀ। ਹਾਂ, ਸਹੀ ਮਤਲਬ ਦਿਓ ਸਾਡਾ ਸੋਨਾ, ਦਿਓ ਸਾਡੀ ਚਾਂਦੀ, ਅਸੀਂ ਗੱਲ ਕੱਢਾਂਗੇ। ਹਾਂ, ਹੈ, ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਬਣ ਸਕਦੇ ਨੇ। ਸਹੀ ਸਹੀ ਗੱਲ ਹੈ। ਚਲੋ ਜੀ, ਚਲੋ ਅੱਛਾ ਜੀ। ਜਨਾਬ ਨੇ ਥੋੜੀ ਦੂਰ ਜਾ ਕੇ ਮੋਹਣੀ ਨੂੰ ਫੜ ਲਿਆ। ਉਹ ਵਿਚਾਰੀ ਹੁਣ ਅਬਲਾ ਔਰਤ ਸੀਗੀ, ਕੀ ਕਰਨਾ ਸੀ, ਉਹਨੇ ਫਸੀ ਫਸੀ ਜਾਣਾ ਸੀ ਨਾ ਇੱਕ ਸਟੇਜ ਦੇ ਭਗਵਾਨ ਉੱਤੇ ਆ ਸਾਹਮਣੇ ਕੇ, ਕਰਦੀ ਵੀ ਗਈ ਫਿਰ ਉਹ। ਕਰਦੀ ਵੀ ਕੀ, ਹਨਾ। ਔਰ ਉਹ ਔਰਤ ਵੀ ਕੀ ਹੋਰ ਨਹੀਂ ਹੈਗੀ, ਉਹ ਹੈਗਾ ਵਿਸ਼ਨੂੰ ਜਾਂ ਔਰਤ ਬਣਿਆ ਹੋਇਆ। ਪਰ ਮਤਲਬ ਅਬਲਾ ਉਹ ਔਰਤ ਬਣ ਗਈ ਨਾ, ਜਦ ਔਰਤ ਹੀ ਬਣ ਗਈ ਅਬਲਾ ਹੀ ਹੋਣੀ ਹੈ ਫਿਰ ਹਿੰਦੁਸਤਾਨ ਦੇ ਅਵਲ ਹੀ ਵਿੱਚ। ਹੋਣੀ ਆ, ਭਗਵਾਨ ਨੇ ਭਗਵਾਨ ਫੜ ਲਿਆ। ਜਦੋਂ ਉਹਨੇ ਉਹਦਾ ਤਨ ਮਨ ਦੇਖਿਆ, ਉਹ ਹੋਰ ਜ਼ਿਆਦਾ ਉਤੇਜਿਤ ਹੋ ਗਿਆ। ਇੱਥੋਂ ਤੱਕ ਕਿ ਉੱਥੇ ਇਸ ਦੀ ਔਰਤ, ਇਸ ਦੀ ਪਤਨੀ, ਇਸ ਦੀ ਬੀਵੀ ਵੀ ਇਹਦੇ ਨਾਲ ਸੀ, ਪਾਰਵਤੀ ਮਤਲਬ ਭਗਵਾਨ ਸ਼ਿਵ ਦੀ, ਉਹਨੂੰ ਵੀ ਭੁੱਲ ਗਿਆ। ਉਹਦੇ ਸਾਹਮਣੇ ਆਪਣੀ ਘਰ ਹੀ ਵਾਲੀ ਦੇ ਨਾਲ ਹੀ ਪਿੱਛੇ ਭੱਜਿਆ ਜਾਂਦਾ ਸੀ ਉਹਦੇ। ਪਿੱਛੇ ਭੱਜਿਆ ਜਾਂਦਾ ਸੀ ਉਹਦੇ। ਇਹ ਓਏ ਹਾਲਾਤ ਹੋਏ। ਦੇਖ ਲਓ। ਅਸੀਂ ਅਸੀਂ ਨਹੀਂ ਕਹਿੰਦੇ ਸਾਰਾ ਇਹਨਾਂ ਦੇ ਗ੍ਰੰਥਾਂ 'ਚ ਹੀ ਲਿਖਿਆ ਹੋਇਆ, ਪਰ ਸਵਾਲ ਇਹ ਆ ਫਿਰ ਕਿ ਕੀ ਪੰਜਾਬ ਦੇ ਵਿੱਚ ਇਹ ਕੁਛ ਹੁੰਦਾ, ਜਾਂ ਇੱਦਾਂ ਦਾ ਕੁਛ ਤੁਸੀਂ ਸੋਚ ਸਕਦੇ ਹੋ ਕਿ ਇੱਦਾਂ ਕੁਛ ਹੋਊਗਾ। ਆਪਾਂ ਅੱਗੇ ਅੱਗੇ ਗੱਲ ਵੀ ਕਰਦੇ ਜਾਵਾਂਗੇ। ਚਲੋ ਜੀ, ਉਹਨੇ ਅਖੀਰ ਦੇ ਵਿੱਚ ਜਦੋਂ ਉਹਨੂੰ ਫੜ ਕੇ ਉਹਦੇ ਬਾਲਾਂ ਤੋਂ ਖਿੱਚ ਲਈ ਉਹ, ਤੇ ਫਿਰ ਉਸਨੂੰ ਢਾ ਕੇ ਉਸ ਨਾਲ ਬਲਾਤਕਾਰ ਕਰਤਾ, ਉਸਦਾ ਰੇਪ ਕਰਤਾ। ਸੋ ਇਹ ਕਹਾਣੀ ਇਸ ਤਰ੍ਹਾਂ ਢੰਗ ਨਾਲ ਅੱਗੇ ਚੱਲਦੀ ਆ ਕਿ ਫਿਰ ਜਿਹੜੀ ਮੋਹਣੀ ਸੀ ਉਹ ਪ੍ਰੈਗਨੈਂਟ ਹੋ ਗਈ। ਫਿਰ ਉਹਨਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸਦਾ ਨਾਮ ਸੀ ਅਜੱਪਾ। ਓਕੇ ਆਹ ਜਿਹੜੀ ਤਸਵੀਰ ਆ ਦੇਖੋ, ਆਹ ਸ਼ਿਵ ਜੀ ਜਨਾਬ ਖੜੇ ਨੇ, ਜੀ ਆਹ ਵਿਸ਼ਨੂੰ ਆ, ਜੀ ਤੇ ਆਹ ਇਹਨਾਂ ਦਾ ਪੁੱਤਰ ਆ ਅਜੱਪਾ। ਮਤਲਬ ਸ਼ਿਵ ਜੀ ਨੇ ਵਿਸ਼ਨੂੰ ਵੀ ਪ੍ਰੈਗਨੈਂਟ ਕਰਤਾ, ਤੇ ਉਹਦੇ ਚੋਂ ਵੀ ਇੱਕ ਬੱਚਾ ਹੋ ਗਿਆ। ਬਹੁਤ ਵੱਡੀ ਗੱਲ ਹੈ ਜੀ, ਸੋਚੋ ਇਹ ਸੋਚੋ, ਭਗਵਾਨ ਹੀ ਕਰ ਸਕਦੇ ਆ ਜੀ। ਬਿਲਕੁਲ ਇਹ ਭਗਵਾਨ ਹੀ ਕਰ ਸਕਦੇ ਨੇ, ਉਹ ਵੀ ਬ੍ਰਾਹਮਣ ਦੇ ਭਗਵਾਨ, ਦੂਜੇ ਭਗਵਾਨ ਤਾਂ ਬਿਲਕੁਲ ਮੈਂ ਕਿਸੇ ਬਿਲਕੁਲ ਬਿਲਕੁਲ ਦੇਖੇ ਨਹੀਂ ਗਏ, ਰਾਈਟ। ਜੀ ਔਰ ਇਹ ਸਾਰੀਆਂ ਕਹਾਣੀਆਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਹੈਗੀਆਂ ਨੇ, ਪਰ ਜਿਹੜੀ ਗੱਲ ਅਸੀਂ ਇੱਥੇ ਰੱਖਣਾ ਚਾਹੁੰਦੇ ਹਾਂ, ਇੱਥੇ ਕਰਨਾ ਚਾਹੁੰਦੇ ਹਾਂ, ਇੱਕ ਪਲ ਵਾਸਤੇ ਨਾ ਸੋਚੋ, ਤੁਸੀਂ ਕਲਪਨਾ ਕਰੋ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ। ਕੀ ਤੁਸੀਂ ਇਸ ਚੀਜ਼ ਨੂੰ ਸਹਿਣ ਕਰੋਗੇ, ਅੱਜ ਪੰਜਾਬ ਦੇ ਵਿੱਚ ਇਹ ਕੁਛ ਹੁੰਦਾ ਹੋਵੇ? ਪਿੱਛੇ ਜੇ ਤੁਸੀਂ ਵੀ ਉਹ ਦੇਖੀ ਹੋਣੀ, ਇੱਕ ਵੀਡੀਓ ਮੈਨੂੰ ਲੱਗਦਾ 3-4 ਹਫ਼ਤੇ ਪਹਿਲਾਂ ਦੀ ਗੱਲ ਆ, ਜੀ ਕਿਸੇ ਪਰਿਵਾਰ ਨੇ ਆਪਣੇ ਘਰੇ ਕੋਈ ਹਿੰਦੂ ਪਾਠ ਪੂਜਾ ਕਰਾਈ, ਜੀ ਉਹਨਾਂ ਨੇ ਬ੍ਰਾਹਮਣ ਸੱਦਿਆ, ਤੇ ਉਹ ਬ੍ਰਾਹਮਣ ਨੇ ਉਸ ਔਰਤ ਨੂੰ ਕਿਹਾ ਵੀ ਤੇਰੇ ਪਾਠ ਪੂਜਾ ਤਾਂ ਪੂਰੀ ਕੰਪਲੀਟ ਹੋ ਗਈ ਵੀ ਹੁਣ ਤੂੰ ਮੇਰੇ ਨਾਲ ਸੌਂ। ਉਹ ਘਰਦਿਆਂ ਨੇ ਉਹਦੇ ਛਿੱਤਰ ਪਰੇਡ ਕੀਤੀ ਵੀ ਤੂੰ ਆਹ ਕੀ ਕਰਦਾ। ਪਰ ਇੱਥੇ ਜਿਹੜੇ ਲੋਕ ਖੜੇ ਹੋਏ ਸੀ, ਉਹ ਕਹਿ ਜੇ ਸੀਗੇ ਕਿ ਕਿਸੇ ਦਾ ਮਨ ਨਹੀਂ ਪਸੀਜਿਆ ਵੀ ਇਹ ਇੱਕ ਔਰਤ ਨਾਲ ਪਬਲਿਕਲੀ ਧੱਕਾ ਕਰ ਰਿਹਾ, ਦੁਨੀਆ ਦੇ ਸਾਹਮਣੇ ਉਸਦਾ ਰੇਪ ਹੋ ਰਿਹਾ।
ਨਾਲੇ ਘਰ ਵਾਲੇ ਵੀ ਨਾਲ ਖਲੋਤੇ ਆ, ਤੇ ਘਰ ਵਾਲੀ ਵੀ ਨਾਲ ਖਲੋਤੀ ਆ। ਜਾਂ ਤਾਂ ਘਰ ਵਾਲੇ ਦੇ ਗੁਲਾਮ ਸੀ, ਇੰਨਾ ਡਰੀ ਹੋਈ ਸੀ ਸ਼ਿਵਜੀ ਤੋਂ ਵੀ ਬੋਲ ਨਹੀਂ ਸੀ ਸਕਦੀ, ਯਾ ਤੇ ਜਾਂ ਫਿਰ ਘਰ ਵਾਲੇ ਫਿਰ ਉਹੋ ਜਿਹੇ ਹੋ ਗਏ, ਫਿਰ ਜਿਵੇਂ ਤੁਸੀਂ ਦੱਸਿਆ ਵੀ ਸ਼ਿਵ ਪਾਰਵਤੀ ਜੇ ਮੈਲ ਤੋਂ ਹੀ ਬੱਚਾ ਪੈਦਾ ਕਰ ਸਕਦੀ ਆ, ਉਹ ਵੀ ਫਿਰ ਇੱਦਾਂ ਦੀ ਹੋਊਗੀ, ਬਸ ਫਿਰ ਸਿਸਟਮ ਇਹੋ ਕੁਛ ਹੋਊਗਾ ਫਿਰ, ਵੀ ਇਹੋ ਜਿਹਾ ਤੂੰ ਵੀ ਕੁਛ ਹੀ ਖੇ ਹੋਊਗਾ। ਖਾਣਾ ਤੇ ਮੈਂ ਵੀ ਖੇ ਖਾ ਲੈਣੀ, ਫਿਰ ਕੀ ਹੋਇਆ। ਫਿਰ ਕੀ ਹੋਇਆ। ਚਲੋ ਜੀ, ਹੁਣ ਮਤਲਬ ਜਿਹੜੀ ਗੱਲ ਅਸੀਂ ਫੇਰ ਕਹਿਣਾ ਚਾਹੁੰਦੇ ਹਾਂ ਕਿ ਉਸ ਦ੍ਰਿਸ਼ ਬਾਰੇ ਸੋਚੋ ਕਿ ਭੱਜਿਆ ਜਾਂਦਾ, ਵੈਸੇ ਜੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਇੱਦਾਂ ਦਾ ਹੁੰਦਾ, ਪਿੱਛੇ ਜੇ ਇਹ ਮੈਨੂੰ ਲੱਗਦਾ 5-6 ਸਾਲ ਪਹਿਲਾਂ ਦੀ ਗੱਲ ਆ, ਅੰਮ੍ਰਿਤਸਰ ਦੇ ਵਿੱਚ ਹੋਇਆ ਸੀ, ਇੱਕ ਬੰਦਾ ਇੱਕ ਕੁੜੀ ਦੇ ਮਗਰ ਭੱਜਿਆ ਜਾਂਦਾ ਸੀ ਮੋਟਰਸਾਈਕਲ ਤੇ ਆਪਣੇ ਇੱਕ ਖਾਲਸੇ ਨੇ ਫੜ ਕੇ ਉਹਦੀ ਛੱਤਰ ਪਰੇਡ ਕਰਤੀ ਸੀ ਚੰਗੀ। ਜੀ 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 ਤੇ ਜੇ ਇੱਦਾਂ ਦਾ ਕੁਛ ਹੁੰਦਾ, ਲੋਕ ਭੱਜ ਕੇ ਪੈ ਜਾਂਦੇ ਨੇ ਟੁੱਟ ਕੇ ਵੀ, ਇਹ ਤੂੰ ਕਰਨ ਕੀ ਲੱਗਿਆ, ਇੰਨਾ ਜ਼ੁਲਮ ਨਹੀਂ ਹੋਣ ਦਿੰਦੇ। ਇਹ ਪੰਜਾਬ ਦਾ ਕਲਚਰ ਵੀ ਰਿਹਾ, ਪੰਜਾਬ ਦੇ ਲੋਕ ਇੱਦਾਂ ਦਾ ਬਿਲਕੁਲ ਨਹੀਂ ਬਿਲਕੁਲ ਸਹਿਣ ਬਿਲਕੁਲ ਕਰਦੇ, ਜੀ। ਪਰ ਇਹ ਬ੍ਰਾਹਮਣਾਂ ਦਾ ਕਲਚਰ ਇਹੋ ਜਿਹਾ ਸੀ, ਇਹ ਹਿੰਦੂਇਜ਼ਮ ਦੇ ਸਿਸਟਮ ਇਹੋ ਜਿਹਾ ਸੀ ਕਿ ਉੱਥੇ ਸਭ ਕੁਝ ਚੱਲ ਰਿਹਾ ਸੀ। ਹੁਣ ਵੀ ਸਰ ਆਪਾਂ 2024 'ਚ ਗੱਲ ਕਰ ਰਹੇ ਹਾਂ, ਤੇ ਉੱਥੇ ਅੱਜ ਵੀ ਨੰਗੀਆਂ ਕੁੜੀਆਂ ਪਿੰਡਾਂ ਦੇ ਕਰਕੇ, ਜਿੱਥੇ ਕੋਈ ਸ਼ੱਕ ਪੈਂਦਾ ਹੋਵੇ, ਚੂੜੀ ਚਮਾਰੀ ਜਿਹਨੂੰ ਕਹਿ ਕੇ ਜਾਂ ਉਹ ਡੈਣ ਜੂਣ 'ਚ ਜਿਵੇਂ ਕਹਿੰਦੇ ਉਹਨਾਂ ਨੂੰ, ਨੰਗੀਆਂ ਕਰਕੇ ਹਾਂ ਭਜਾ ਲੈਂਦੇ ਆ, ਜਿਵੇਂ ਮਣੀਪੁਰ 'ਚ ਹਾਂ ਹਾਂ ਨੰਗੀਆਂ ਕਰਕੇ ਜਨਾਨੀਆਂ ਭਜਾਈਆਂ ਨੇ, ਯੂਪੀ ਬਿਹਾਰ 'ਚ ਅੱਜ ਵੀ ਕਰ ਲਏ, ਰਾਜਸਥਾਨ 'ਚ ਅੱਜ ਵੀ ਭਜਾ ਲੈਂਦੇ ਆ ਕੁੜੀਆਂ ਜਨਾਨੀਆਂ। ਤਾਂ ਦੇਖੋ ਤੇ ਮਤਲਬ ਹੁਣੇ ਕਿਸ ਸਰ ਹੱਦ ਤੱਕ। ਮੇਰਾ ਖਿਆਲ 1.5 ਮਹੀਨਾ ਪਹਿਲਾਂ ਦੀ ਗੱਲ ਹੋਣੀ ਹੈ ਵੀ ਇੱਕ ਮੁਸਲਮਾਨ ਤੇ ਹਸਬੈਂਡ ਵਾਈਫ ਮੋਟਰਸਾਈਕਲ ਤੇ ਜਾ ਰਹੇ ਸੀ, ਮੀਂਹ ਪੈ ਰਿਹਾ ਸੀ, ਪੂਰਾ ਪਾਣੀ ਪਾਣੀ ਸੀ, ਹਿੰਦੂ ਜਿਹੜੇ ਮੁੰਡੇ ਸੀ ਉਹ ਉੱਪਰ ਪਾਣੀ ਦੇ ਬਿਸ਼ਾਰਾ ਕਰ ਰਹੇ ਸੀ, ਉਹਨਾਂ ਦੇ ਹੱਥਾਂ ਦੇ ਨਾਲ ਪਾਣੀ ਜਿਵੇਂ ਸੁੱਟਦੇ ਹੁੰਦੇ ਆ, ਹੋਏ 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 ਠੀਕ ਹੈ ਜੀ। ਹੋਏ, ਤੇ ਇਹ ਨੰਗੀਆਂ ਨਹੀਂ ਕਰ ਸਕਦੇ ਜਨਾਨੀਆਂ, ਫਿਰ ਲੋਕਾਂ ਦੀ ਫੜ ਫੜ ਕੇ, ਇਹਨਾਂ ਨੇ ਆਪਦਾ ਸਾਰਾ ਕੁਝ ਬਿਲਕੁਲ ਨੰਗਾ ਕੀਤਾ ਹੋਇਆ ਇੱਥੇ, ਇਹ ਵਿਆਹ ਕਲਚਰ ਹੈ ਬਹੁਤ ਇਹ ਹੀ ਸਾਰੇ ਭਗਵਾਨਾਂ ਦੇ ਸਿੱਖਿਆ ਦੇ ਉੱਪਰ ਦੇਸ਼ ਚੱਲ ਰਿਹਾ ਵਧੀਆ ਤਰੀਕੇ ਨਾਲ ਬਿਲਕੁਲ, ਤੇ ਜੀ। ਉਹ ਕੁਛ ਦੇਸ਼ ਦੇ ਵਿੱਚ ਹੋ ਵੀ ਰਿਹਾ। ਹੁਣ ਪੰਜਾਬ ਨੂੰ ਇਸ ਗੰਦ ਦੇ ਵਿੱਚ ਲਪੇਟਣਾ ਚਾਹੁੰਦੇ ਆ ਹਾਂ ਅੱਛਾ, ਬਿਲਕੁਲ ਜੀ, ਪੰਜਾਬ ਨੂੰ ਇਸ ਗੰਦ ਦੇ ਵਿੱਚ ਲਪੇਟਣਾ ਚਾਹੁੰਦੇ ਨੇ, ਔਰ ਉਹਦੇ ਵਿੱਚ ਕੁਛ ਪਗੜੀ ਧਾਰੀ ਕੇਸਾ ਧਾਰੀ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਵੀ ਜੁੜੇ ਹੋਏ ਨੇ, ਠੀਕ ਹੈ ਜੀ। ਇੱਕ ਮੈਂ ਪਿੱਛੇ ਜੇ ਵੀਡੀਓ ਵੀ ਦੇਖ ਰਿਹਾ ਸੀ, ਸ਼ਾਇਦ ਜਿਹੜਾ ਮਹਿਤਾ ਚੌਂਕ ਵਾਲਾ ਡੇਰਾ ਜਿਹਨੂੰ ਟਕਸਾਲ ਕਹਿੰਦੇ ਨੇ ਸ਼ਾਇਦ, ਜੀ, ਉਹਨਾਂ ਦਾ ਜਿਹੜਾ ਮੁਖੀ ਆ ਹਰਨਾਮ ਸਿੰਘ ਧੁੰਮਾ, ਉਹ ਸ਼ਿਵਜੀ ਦੇ ਦਰਸ਼ਨ ਕਰਾਈ ਜਾ ਰਿਹਾ ਸੀ, ਅੱਛਾ ਜੇ ਤੁਸੀਂ ਇੱਦਾਂ ਕਰੋਗੇ ਤਾਂ ਸ਼ਿਵ ਜੀ ਦੇ ਦਰਸ਼ਨ ਹੋਣਗੇ। ਮਤਲਬ 4-5 ਮਹੀਨੇ ਪਹਿਲਾਂ ਦੀ ਗੱਲ ਆ, ਇੱਥੇ ਇੱਕ ਵੀਡੀਓ ਘੁੰਮ ਰਹੀ ਸੀ, ਬੜੀ ਜੀ ਲੋਕਾਂ ਜੀ ਦੇ ਵਿੱਚੋਂ ਚਰਚਾ ਵੀ ਬਣੀ ਸੀ। ਜੀ 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 ਇਹ ਇੱਕ ਸਿਸਟਮੈਟਿਕਲੀ ਥਰੋ ਜਾਣ ਬੁੱਝ ਕੇ ਇੱਕ ਸਿੱਖੀ ਭੇਖ ਦੇ ਵਿੱਚ ਆਪਣੇ ਬ੍ਰਾਹਮਣਾਂ ਨੂੰ ਲਿਆ ਕੇ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਪੰਜਾਬੀ ਸਿਖਾ ਕੇ ਉਹ ਪੰਜਾਬ ਦੇ ਵਿੱਚ ਵੀ ਇਹ ਸਿਸਟਮ ਇੰਪਲੀਮੈਂਟ ਕਰਨਾ ਚਾਹੁੰਦੇ ਨੇ, ਜੀ 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 ਪਰ ਜੀ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਹੋਊਗਾ। ਮਤਲਬ ਹੀ ਨਹੀਂ ਸਰ, ਇੱਕ ਜੰਗ ਆ ਬਸ, ਹਾਂ ਲੜਾਈ ਅੱਛਾ, ਚੱਲ ਰਹੀ ਹੈ। ਇੱਕ ਚੀਜ਼ ਹੁਣ ਇੱਥੇ ਸਮਝ ਨਹੀਂ ਲੱਗੀ, ਇਹ ਕਹਿੰਦੇ ਕਿ ਜਿੱਥੇ ਜਦੋਂ ਸ਼ਿਵਜੀ ਭੱਜਿਆ ਜਾ ਰਿਹਾ ਸੀ ਮਗਰ, ਉਹਦਾ ਪਸੀਨੇ ਦੇ ਨਾਲ ਜਿਹੜੀਆਂ ਸੀ ਉਹ ਚਾਂਦੀ ਦੀਆਂ ਖਾਨਾਂ ਬਣ ਗਈਆਂ, ਤੇ ਉਸਦੇ ਵੀਰਿਆ ਦੇ ਨਾਲ ਸੋਨੇ ਦੀਆਂ ਖਾਨਾਂ ਬਣ ਗਈਆਂ, ਪਰ ਜਿਹੜੀ ਫਿਰ ਮੋਹਣੀ ਸੀਗੀ ਵਿਸ਼ਨੂੰ, ਵਿਸ਼ਨੂੰ ਦੇ ਗਰਭ ਦੇ ਵਿੱਚੋਂ ਸੋਨੇ ਦੀਆਂ ਖਾਨਾਂ ਕਿਉਂ ਨਹੀਂ ਬਣੀਆਂ, ਸਵਾਲ ਉੱਠਦਾ ਨਾ ਜੀ। ਵਿਸ਼ਨੂੰ ਤਾਂ ਸੋਨੇ ਦਾ ਹੀ ਬਣ ਜਾਣਾ ਚਾਹੀਦਾ ਸੀ ਜੀ ਸਾਰਿਆਂ ਜੀ 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 ਬਿਲਕੁਲ ਬਿਲਕੁਲ ਬਿਲਕੁਲ। ਨੂੰ, ਔਰ ਜਿਹੜਾ ਉਹਨਾਂ ਦੇ ਬੱਚਾ ਹੋਇਆ ਅਯੱਪਾ, ਉਹਨੂੰ ਆਪਾਂ ਹੁਣ ਹਰਾਮ ਦੀ ਔਲਾਦ ਹੀ ਕਹਾਂਗੇ ਵੈਸੇ ਤਾਂ, ਬਿਲਕੁਲ ਕਿਉਂਕਿ ਬਿਲਕੁਲ ਬਿਲਕੁਲ, ਕੋਈ ਲਿੰਕ ਨਹੀਂ ਹੈਗਾ ਬਲਾਤਕਾਰ ਤੋਂ ਤੁਹਾਡਾ, ਗਿਆ। ਉਹਨੂੰ ਇੱਕ ਮੋਹਣੀ ਦਾ ਰੂਪ ਧਾਰਿਆ ਤੇ ਪਿੱਛੇ ਭੱਜ ਗਏ ਗਾਮ ਤੇ ਪਿੱਛੇ,
ਇੱਕ ਹਾਂ ਟੈਂਪਰੇਰੀ ਕਹਿ ਸਕਦੇ ਹਾਂ ਗੱਲਬਾਤ ਸੀ ਇਹਨਾਂ ਦੀ, ਹਾਂ ਟੈਂਪਰੇਰੀ ਗੱਲਬਾਤ ਸੀ ਜਿਹੜਾ ਨਾਲੇ ਇੱਕ ਹੋਰ ਉਹ ਸਾਰਾ ਗੇ ਕਲਚਰ ਦੀ ਵੀ ਗੱਲ ਆ ਗਈ ਨਾ ਇੱਥੇ ਫਿਰ। ਇਹ ਗੇ ਕਲਚਰ ਦੀ ਵੀ ਗੱਲ ਆ ਗਈ ਹੈ, ਬਿਲਕੁਲ ਇਹ ਗੇ ਕਲਚਰ ਦੀ ਵੀ ਗੱਲ ਆ ਗਈ ਹੈ। ਤਾਂ ਉੱਥੇ ਵਿਸ਼ਨੂੰ ਨੇ ਗਰਭ ਧਾਰਨ ਕਰ ਲਿਆ, ਉੱਥੇ ਤਾਂ ਫਿਰ ਸੋਨੇ ਦਾ ਬੱਚਾ ਪੈਦਾ ਹੋਣਾ ਚਾਹੀਦਾ ਸੀ। ਬਿਲਕੁਲ ਸਹੀ ਗੱਲ ਹੈ ਇਹ ਜਵਾਬ ਹੁਣ ਮਤਲਬ ਪੰਡਿਤ ਜੀ ਹੀ ਦੇ ਸਕਦੇ ਨੇ। ਚਲੋ ਜੀ ਆਪਾਂ ਅੱਗੇ ਚੱਲਦੇ ਹਾਂ। ਜੀ 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 ਬਿਲਕੁਲ ਬਿਲਕੁਲ। ਇਹ ਜਨਾਬ ਇੱਥੇ ਨਹੀਂ ਖੜੇ, ਹੁਣ ਅਗਲੀ ਸਟੋਰੀ ਇਹਨਾਂ ਦੀ ਹੈਗੀ ਆ। ਅਨਸੂਆ ਇੱਕ ਬੜੀ ਚੰਗੀ ਔਰਤ ਸੀ। ਜੀ ਚਲੋ ਜਿਹੜੇ ਇਹ ਭਗਵਾਨ ਸੀਗੇ, ਤਿੰਨ ਭਗਵਾਨ ਸੀਗੇ, ਬ੍ਰਹਮਾ ਵਿਸ਼ਨੂੰ ਤੇ ਮਹੇਸ਼, ਇਹਨਾਂ ਦੀਆਂ ਤਿੰਨ ਪਤਨੀਆਂ ਸੀ, ਬੀਵੀਆਂ ਸੀਗੀਆਂ। ਬ੍ਰਹਮਾ ਦੀ ਸੀਗੀ ਸਰਸਵਤੀ, ਜੀ 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 ਵਿਸ਼ਨੂੰ ਦੀ ਲਕਸ਼ਮੀ, ਸ਼ਿਵ ਦੀ ਪਾਰਵਤੀ। ਉਹ ਆਪਣੇ ਔਰਤਾਂ ਦੇ ਚਰਿੱਤਰ ਬਾਰੇ ਗੱਲਾਂ ਬਾਤਾਂ ਕਰਨ ਲੱਗ ਗਈਆਂ, ਤੇ ਉਹ ਨਾਰਦ ਤੋਂ ਪੁੱਛਦੀਆਂ ਨੇ, ਇੱਕ ਭਗਵਾਨ ਨਾਰਦ ਵੀ ਹੋਇਆ ਇਹਨਾਂ ਦੇ, ਜੀ ਕਿ ਦੁਨੀਆ ਦੀ ਸਭ ਤੋਂ ਚਰਿੱਤਰ ਵਾਲੀ, ਚੰਗੇ ਕਰੈਕਟਰ ਵਾਲੀ ਔਰਤ ਕੌਣ। ਜੀ ਉਹ ਸੋਚ ਰਹੀਆਂ ਸੀ ਕਿ ਉਹ ਭਗਵਾਨ ਨਾਰਦ ਕਹੂਗਾ ਵੀ ਤੁਸੀਂ ਹੋ, ਪਰ ਫਿਰ ਇਹ ਭਗਵਾਨਾਂ ਦੀਆਂ ਦੇਵੀਆਂ ਕਿਉਂ ਹੋਈਆਂ। ਉਹ ਕਹਿੰਦਾ ਵੀ ਜਿਹੜੀ ਸਭ ਤੋਂ ਉੱਚਮ ਕਰੈਕਟਰ ਵਾਲੀ ਔਰਤ ਹੈਗੀ ਆ, ਉਹ ਹੈਗੀ ਆ ਅਨਸੂਆ। ਉਹਨਾਂ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਅੱਛਾ ਵੀ ਇਹ ਅਨਸੂਆ ਦਾ ਨਾਂ ਇੰਨਾ ਉੱਚਾ ਕਿਵੇਂ ਹੋ ਗਿਆ, ਤਾਂ ਸਾਡਾ ਹੋਣਾ ਚਾਹੀਦਾ ਸੀ, ਸਾਡੀ ਇੱਕ ਬ੍ਰਾਹਮਣਾਂ ਦੀ ਕੋਈ ਉੱਚੀ ਜਾਤ ਵਿੱਚ ਹੋਵੇ ਕਿਸੇ ਗੱਲ ਕਰਕੇ। ਉੱਚੀ ਉੱਚੀ ਜਾਤ ਚ ਹੋਵੇ ਕਿਸੇ ਕਰ ਕਰਕੇ। ਤੇ ਜੀ ਉਹਨਾਂ ਨੂੰ ਇੰਨਾ ਗੁੱਸਾ ਆਇਆ, ਜਦੋਂ ਉਹਨਾਂ ਦੇ ਪਤੀ ਆਏ ਤਿੰਨੋਂ, ਤਿੰਨਾਂ ਨੂੰ ਇੱਕ ਸਲਾਹ ਬਣਾਈ ਕਿ ਜੀ ਤੁਸੀਂ ਜਾ ਕੇ ਅਨਸੂਆਂ ਦਾ ਸਮੂਹਿਕ ਬਲਾਤਕਾਰ ਕਰੋ, ਠੀਕ ਹੈ, ਕੁਛ ਵੀ ਕਰੋ, ਉਸ ਦੇ ਨਾਲ ਸਮਾਗਮ ਕਰੋ ਤੇ ਉਸ ਦੇ ਕਰੈਕਟਰਲੈਸ ਬਣਾਓ, ਤਾਂ ਕਿ ਕਰੈਕਟਰਲੈਸ ਅਸੀਂ ਬਣਾ ਦਿਓ, ਵੇਸ਼ਵਾ ਬਣਾ ਦਿਓ ਅਸੀਂ ਅਸੀਂ ਵਧੀਆ ਕਰੈਕਟਰਾਂ ਦੀਆਂ ਬਣ ਸਕੀਏ। ਉਹਨੂੰ। ਹੁਣ ਤੁਸੀਂ ਦੇਖੋ ਵੀ ਜਿਹੜੀਆਂ ਆਮ ਔਰਤਾਂ ਵੀ ਨੇ ਇਹੋ ਜਿਹੀ ਹਰਕਤ ਉਹ ਵੀ ਨਹੀਂ ਕਰਦੀਆਂ। ਬਿਲਕੁਲ ਬਿਲਕੁਲ ਬਿਲਕੁਲ, ਇਹ ਇੱਥੇ ਦੇਵੀਆਂ ਦੇਵੀਆਂ। ਨੇ, ਭਗਵਾਨ ਦੀਆਂ ਪਤਨੀਆਂ ਨੇ, ਇਹ ਕਿਹੋ ਜਿਹੀ ਸੋਚ ਰੱਖਦੀਆਂ ਨੇ, ਇਹੋ ਜਿਹੀ ਸੋਚ ਦੇ ਵਿੱਚੋਂ ਇੱਕ ਚੰਗਾ ਸਮਾਜ ਕਿਵੇਂ ਸਿਰਜਿਆ ਜਾ ਸਕਦਾ, ਇਹ ਬੜੀ ਸੋਚਣ ਦੀ ਗੱਲ ਆ। ਬਿਲਕੁਲ ਬਿਲਕੁਲ ਬਿਲਕੁਲ। ਠੀਕ ਆ, ਚਲੋ ਹੁਣ ਉਹ ਵਿਚਾਰੇ ਭਗਵਾਨ ਜਿਹੜੇ ਸੀ ਸੋਚਣ ਲੱਗ ਗਏ ਵੀ ਉਸ ਦੇ ਨਾਲ ਸੰਬੰਧ ਕਿਵੇਂ ਬਣਾਏ ਜਾਣ। ਤਾਂ ਉਹਨਾਂ ਨੇ ਕਿਹਾ ਕਿ ਆਪਾਂ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਜਾਂਦੇ ਹਾਂ, ਇਹ ਬ੍ਰਾਹਮਣ ਨੂੰ ਕੋਈ ਜਵਾਬ ਨਹੀਂ ਦਿੰਦਾ। ਜੀ ਹੁਣ ਇੱਥੇ ਫਿਰ ਬ੍ਰਾਹਮਣ ਨੇ ਆਪਣੇ ਆਪ ਨੂੰ ਭਗਵਾਨਾਂ ਤੋਂ ਉਹਨੂੰ ਉੱਪਰ ਕਰ ਲਿਆ, ਉੱਪਰ ਰੱਖ ਲਿਆ। ਉੱਪਰ ਰੱਖ ਲਿਆ। ਚਲੋ ਜੀ ਉਹਨਾਂ ਨੇ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਉਹ ਚਲੇ ਗਏ ਉਹਦੇ ਕੋਲੇ। ਉਹਨੇ ਵਿਚਾਰੀ ਨੇ, ਕਿਉਂਕਿ ਬ੍ਰਾਹਮਣ ਆਏ ਸੀ, ਉਹਨੇ ਉਹਨਾਂ ਨੂੰ ਖਾਣਾ ਪਰੋਸਿਆ, ਖਾਣਾ ਦਿੱਤਾ। ਜੀ ਇਹਨਾਂ ਦੇ ਮਨ 'ਚ ਹਰਾਮਜ਼ਾਦਗੀ ਸੀ, ਆਏ ਬੇਈਮਾਨੀ ਕਰਨ ਸੀ। ਆਈ ਬੇਈਮਾਨੀ ਕਰਨ ਸੀ। ਉਹ ਕਹਿੰਦੇ ਵੀ ਖਾਣਾ ਅਸੀਂ ਉਦੋਂ ਖਾਵਾਂਗੇ ਜੇ ਤੂੰ ਸਾਨੂੰ ਨਗਨ ਹੋ ਕੇ ਖਾਣਾ ਖਵਾਏਂਗੀ। ਦੇਖੋ ਹੁਣ ਭਗਵਾਨ ਕਿਸ ਹੱਦ ਤੱਕ ਗਿਰੇ ਹੋਏ ਨੇ ਕਿ ਇੱਕ ਔਰਤ ਜਿਹੜੀ ਉਹਨਾਂ ਨੂੰ ਵਧੀਆ ਖਾਣਾ ਦੇ ਰਹੀ ਆ, ਉਹਨੂੰ ਵੀ ਕਹਿੰਦੇ ਨੇ ਕਿ ਨਗਨ ਹੋ ਕੇ ਖਾਣਾ ਖਵਾ।
ਕਿਉਂਕਿ ਉਹ ਬ੍ਰਾਹਮਣ ਦੇ ਭੇਸ ਵਿੱਚ ਸੀਗੇ, ਇਸ ਕਰਕੇ ਉਸ ਵਿਚਾਰੀ ਨੂੰ ਨਗਨ ਹੋਣਾ ਪਿਆ। ਸੋ ਉਸ ਤੋਂ ਬਾਅਦ ਤਿੰਨੋਂ ਭਗਵਾਨ ਉਸ ਔਰਤ ਨੂੰ, ਇਹ ਜਿਹੜੀ ਮੁਨੀ, ਉਹਦਾ ਹਸਬੈਂਡ ਮੁਨੀ ਸੀਗਾ, ਅਤਰੀ ਸ਼ਾਇਦ ਉਹਦਾ ਨਾਂ ਸੀ, ਮੈਨੂੰ ਨਾਂ ਤਾਂ ਪੱਕਾ ਸ਼ਾਇਦ ਨਾ ਯਾਦ ਹੋਵੇ, ਚਲੋ ਮੁਨੀ ਸੀਗਾ ਉਹ। ਉਸ ਨੂੰ ਕਹਿੰਦੇ ਵੀ ਅਸੀਂ ਤਾਂ ਤੇਰੇ ਨਾਲ ਸਮਾਗਮ ਕਰਨਾ, ਸਮਾਗਮ ਦਾ ਮਤਲਬ ਆ ਵੀ ਅਸੀਂ ਤੇਰੇ ਨਾਲ ਸੰਭੋਗ ਕਰਨਾ। ਠੀਕ ਹੈ ਜੀ। ਤੇ ਸ਼ਿਵਜੀ ਨੇ ਆਪਣਾ ਲਿੰਗ ਹੱਥ ਦੇ ਵਿੱਚ ਫੜ ਲਿਆ, ਤੇ ਉਹ ਉਸ ਨੂੰ ਕਹਿਣ ਲੱਗਿਆ ਵੀ ਅਸੀਂ ਤਾਂ ਤੇਰੇ ਨਾਲ ਉਹ ਕਰਨਾ। ਜਿਹੜਾ ਵਿਸ਼ਨੂੰ ਤੇ ਬ੍ਰਹਮਾ ਸੀ ਨਾਲ, ਵਿਸ਼ਨੂੰ ਉਸ ਨੂੰ ਉਂਗਲ ਲਾ ਰਿਹਾ ਸੀ, ਰਸ ਬਣਾ ਰਿਹਾ ਸੀ ਉਹਦਾ ਵੀ ਇਹਨੂੰ ਹੋਰ ਐਕਸਾਈਟ ਕਰੀਏ, ਮੈਂ ਵੀ ਪਰ ਕਰ ਲਾ ਰੋਕਣਾ ਤਾਂ ਬਸ, ਉਹ ਤੇਰੇ ਸੀ ਨਾਲ ਆ ਸੀ, ਤੇਰੇ ਨਾਲ ਆ ਕਰ ਤੇਰੇ ਲਾ। ਕਰ ਲਾ। ਬ੍ਰਹਮਾ ਨੇ ਉਸ ਤੋਂ ਵੀ ਅੱਗੇ ਜਾ ਕੇ ਕਾਮਦੇਵ ਦੇ ਪ੍ਰਭਾਵ ਵਾਲਾ ਗਿਆਨ ਲੋਪਣਾ ਸ਼ੁਰੂ ਕਰਤਾ। ਚਲੋ ਜੀ, ਸ਼ਿਵ ਜੀ ਇੰਨਾ ਮੋਹਿਤ ਹੋ ਮਤਲਬ ਕੇ ਬ੍ਰਹਮਾ ਨੇ, ਹੋਰ ਜਿਵੇਂ ਕਿਸੇ ਨੂੰ ਗੰਦੀਆਂ ਫਿਲਮਾਂ ਦਿਖਾ ਕੇ ਹੋਰ ਉਤੇਜਿਤ ਕਰਨਾ, ਐਕਸਾਈਟ ਕਰਨਾ, ਐਕਸਾਈਟ ਕਰਨਾ, ਠੀਕ ਹੈ ਜੀ। ਬ੍ਰਹਮਾ ਨੇ ਫਿਰ ਗੰਦੀਆਂ ਫਿਲਮਾਂ ਦਿਖਾਈਆਂ ਉਹਨੂੰ ਖਾਬਾਂ ਦੇ ਵਿੱਚ। ਹਾਂ ਉਹਨੂੰ ਕਹਿੰਦੇ ਨੇ ਹਮੇ ਰੱਤੀ ਕਰਨੇ ਦੇ, ਹੇ ਮਸਤ ਆਂਖ ਉਬਾਲੀ ਹਮੇ ਆਪਣੇ ਸਾਥ ਰੱਤੀ ਕਰਨੇ ਦੇ, ਮਤਲਬ ਸਾਨੂੰ ਤੇਰੇ ਨਾਲ ਗੰਦ ਪਾਪ ਕਰਨ ਦੇ, ਜੇ ਤੂੰ ਸਾਨੂੰ ਇਹ ਕਰਨ ਦਾ ਨਾਂ ਦਿੱਤਾ ਤਾਂ ਬ੍ਰਾਹਮਣ ਧਮਕੀ ਦੇ ਰਹੇ ਨੇ ਕਿ ਅਸੀਂ ਆਪਣੇ ਪ੍ਰਾਣ ਛੱਡ ਦਿਆਂਗੇ ਤੇ ਤੇਰੇ ਤੇ ਹੱਤਿਆ ਦਾ ਦੋਸ਼ ਆਊਗਾ, ਬਈ ਤੂੰ ਬ੍ਰਾਹਮਣਾਂ ਦਾ ਕਤਲ ਕਰਤਾ ਤੇਰੇ ਤੇ ਦੋਸ਼ ਆਊਗਾ। ਜੀ। ਉਹ ਇੰਨੀ ਦੁਖੀ ਹੋਈ ਪਤੀਵਰਤਾ ਅਨੁਸੂਯਾ ਜਿਹੜੀ ਸੀਗੀ ਹੰਸੂਆ, ਕਿ ਉਹ ਕੁਛ ਨਹੀਂ ਬੋਲੀ, ਪਰ ਬੜੇ ਗੁੱਸੇ ਦੇ ਵਿੱਚ ਉਹਨੇ ਕਿਹਾ ਕਿ ਤੁਸੀਂ ਮੇਰੇ ਪੁੱਤਰ ਬਣੋਗੇ, ਪਰ ਉਹ ਕਿੱਥੇ ਹਟਦੇ ਨੇ, ਉਹਨਾਂ ਨੇ ਤਾਂ ਜੀ ਉਹਨੂੰ ਫੜ ਲਿਆ ਬਲਪੂਰਵਕ, ਤੇ ਮਹਾਦੇਵ ਜੀ ਨੇ ਤਾਂ ਆਪਣਾ ਕੰਮ ਕਰਨਾ ਉਹਦੇ ਨਾਲ ਸ਼ੁਰੂ ਕਰਤਾ, ਜ਼ਬਰਦਸਤੀ ਕਰਕੇ ਤੇਰਾ ਮੇਥਨ ਪੁੱਤਰ ਦੀ ਬਣ ਚੇਸਟਾ ਗਿਆ, ਦਾ ਸ਼ੁਰੂ ਮਤਲਬ ਕਰਤੀ। ਇਹ ਵੀ ਹੋ ਸਕਦਾ ਉਹ, ਹੋ ਸਕਦਾ ਬੁੱਢੀ ਹੋਵੇ ਵਿਚਾਰੀ, ਪਤਾ ਨਹੀਂ ਕੌਣ ਸੀਗੀ। ਉਹਨੇ ਕਿਹਾ ਹੋਗਾ ਤੁਸੀਂ ਮੇਰੇ ਪੁੱਤਰਾਂ ਸਮਾਨ ਹੋ, ਹਟ ਜਾਓ, ਨਾ ਕਰੋ ਇਹੋ ਜਿਹਾ ਪਾਪ, ਹਾਂ ਇਹ ਵੀ ਗੱਲ ਹੋ ਸਕਦੀ ਪਰ ਹੈ। ਬਿਲਕੁਲ, ਪਰ ਉਹ ਤੇ ਕਰੈਕਟਰਵਾਨ ਸੀ, ਤੇ ਇਸ ਕਰਕੇ ਇਹਨਾਂ ਨੇ ਕਰੈਕਟਰ ਦਾ ਭੰਗ ਕਰਨਾ ਸੀ, ਖਤਮ ਕਰਨਾ ਸੀ। ਮਸ ਜੀ ਪੂਰਾ ਇਹਨਾਂ ਨੇ ਜ਼ੋਰ ਲਾਇਆ, ਪਰ ਉਹ ਐਡੀ ਤਾਕਤਵਰ ਔਰਤ ਸੀ, ਉਹਨੇ ਅੱਕ ਕੇ ਸ਼ਰਾਪ ਦੇਤਾ। ਉਹ ਸ਼ਿਵ ਜੀ ਨੂੰ ਕਹਿੰਦੀ ਕਿ ਅੱਜ ਤੋਂ ਬਾਅਦ ਤੇਰੀ ਪੂਜਾ ਲਿੰਗ ਦੇ ਵਿੱਚ ਹੀ ਹੋਇਆ ਕਰੂ। ਹੁਣ ਜਿਹੜੇ ਕਹਿੰਦੇ ਨੇ ਜੀ ਲਿੰਗ ਜਿਹੜਾ ਸ਼ਿਵਲਿੰਗ ਆ ਇਹ ਪ੍ਰਤੀਕ ਆ, ਆਹ ਦੇਖ ਲਓ ਹੁਣ ਇੱਥੇ ਸ਼ਿਵਲਿੰਗ ਦੇ ਬਾਰੇ ਫਿਰ ਬੜਾ ਸਪਸ਼ਟ ਤੌਰ ਦੇ ਉੱਤੇ ਆ ਗਿਆ, ਇਹ ਹੁਣ ਦੂਜੀ ਕੋਟੇਸ਼ਨ ਆ ਗਈ, ਉਹਨੇ ਸ਼ਰਾਪ ਸਿੱਧਾ ਹੀ ਦਿੱਤਾ ਵੀ ਤੇਰੀ ਪੂਜਾ ਲਿੰਗ ਦੇ ਰੂਪ 'ਚ ਹੀ ਹੋਊ। ਔਰ ਉਸੇ ਦਿਨ ਤੋਂ ਸ਼ਿਵ ਦੀ ਜਿਹੜੀ ਪੂਜਾ ਉਹ ਸ਼ਿਵਲਿੰਗ ਦੇ ਰੂਪ 'ਚ ਹੀ ਹੋ ਰਹੀ ਆ। ਹੁਣ ਜਿਹੜੀ ਸੋਚਣ ਦੀ ਗੱਲ ਆ ਕਿ ਜਦੋਂ ਉਹਨੇ ਇਹੋ ਜਿਹੇ ਸ਼ਰਾਫ ਦੇ ਤੇ, ਇੰਨੇ 'ਚ ਉਹਦਾ ਹਸਬੈਂਡ ਵੀ ਆ ਗਿਆ, ਜਦੋਂ ਆ ਗਿਆ ਤਾਂ ਇਹ ਉਹਦੇ ਨਾਲ ਬਲਾਤਕਾਰ ਨਹੀਂ ਕਰ ਸਕੇ, ਪਰ ਤੁਸੀਂ ਕਦੇ ਸੋਚ ਕੇ ਦੇਖੋਗੇ ਕਿ ਕੋਈ ਭਗਵਾਨ ਦੀ ਤਾਂ ਗੱਲ ਛੱਡੋ ਕਿ ਆਮ ਬੰਦਾ ਵੀ ਇੰਨਾ ਕਮੀਨਾ ਹੋ ਸਕਦਾ। ਬੇਸਿਕਲੀ ਜੇ ਹੁਣ ਤੁਸੀਂ ਇਸ ਸਾਰੀ ਕਹਾਣੀ ਨੂੰ, ਮੈਂ ਤੁਹਾਨੂੰ ਹੁਣ ਪਿੱਛੇ ਜੇ ਸੁਣਾਈ ਹੈ ਵੀ ਇੱਕ ਬ੍ਰਾਹਮਣ ਉਹਨਾਂ ਨੇ ਸੱਦਿਆ, ਜਿਹਨੂੰ ਉਹਨਾਂ ਨੇ ਰੋਟੀ ਪਾਣੀ ਖਵਾਈ, ਪੂਜਾ ਕੀਤੀ, ਔਰ ਅਖੀਰ ਦੇ ਵਿੱਚ ਉਸੇ ਔਰਤ ਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਸੌਂ, ਉਹ ਆਹੀ ਕਹਾਣੀ ਹੈ।
ਇੱਥੇ ਵੀ ਤਿੰਨੇ ਬ੍ਰਾਹਮਣ ਕੀ ਕਹਿ ਰਹੇ ਨੇ ਵੀ ਹੁਣ ਤੂੰ ਸਾਨੂੰ ਰੋਟੀ ਪਾਣੀ ਖਵਾਤਾ ਵੀ ਹੁਣ ਤੋਂ ਤੇਰੇ ਨਾਲ ਅਸੀਂ ਮੈਥਨ ਕਰਨਾ, ਜਿਹੜਾ ਰੋਟੀ ਵੀ ਨੰਗੀ ਹੋ ਕੇ ਸਾਨੂੰ ਰੋਟੀ ਦੇ ਆ ਗਏ। ਨਾਲ ਨੰਗੀ ਹੋ ਕੇ ਸਾਨੂੰ ਰੋਟੀ ਦੇ। ਮਤਲਬ ਇਹੀ ਕਹਾਣੀਆਂ ਜਿਹੜੀਆਂ ਨੇ ਅੱਜ ਦੇ ਲੋਕਾਂ ਦੇ ਵਿੱਚ, ਇਹ ਸ਼ਾਇਦ ਯੂਪੀ ਜਾਂ ਯੂਪੀ ਦੇ ਆਸ ਪਾਸ ਦੀ ਕਿਤੇ ਦੀ ਕਹਾਣੀਆਂ, ਅੱਜ ਵੀ ਉਹੀ ਜਿਹੜੀ ਕੁਕੀ ਹੈ, ਜਿਹੜਾ ਉਹਨਾਂ ਨੂੰ ਕਲਚਰ, ਜਿਹੜਾ ਉਹਨਾਂ ਦੇ ਮੰਦਿਰਾਂ ਦੇ ਵਿੱਚ ਉਹਨਾਂ ਨੂੰ ਕਥਾਵਾਂ ਦੇ ਵਿੱਚ ਸੁਣਾਇਆ ਜਾ ਰਿਹਾ, ਉਹੀ ਜਿਹੜਾ ਹੈ ਪਬਲਿਕਲੀ ਇੰਪਲੀਮੈਂਟ ਹੋ ਰਿਹਾ। ਸੋ ਉਸ ਤੋਂ ਬਾਅਦ ਮਤਲਬ ਇਹ ਭੱਜ ਗਏ ਉੱਥੋਂ, ਪਰ ਸੋਚਣ ਵਾਲੀ ਗੱਲ ਇਹ ਆ ਕਿ ਇਹੋ ਜਿਹੇ ਨੀਚ ਬੰਦੇ ਕੀ ਸਾਡੇ ਭਗਵਾਨ ਹੋ ਸਕਦੇ ਨੇ? ਬਿਲਕੁਲ, ਇਹ ਸਮਾਜ ਸੋਚੇ ਕੀ ਹੁਣ। ਕੀ ਪੰਜਾਬ ਦੇ ਲੋਕ ਇਹੋ ਜਿਹੇ ਲੋਕ ਨੇ ਜਿਹੜੇ ਇਹਨਾਂ ਲੋਕ ਜਿਨ੍ਹਾਂ ਦੇ ਭਗਵਾਨ ਇਹੋ ਜਿਹੇ ਹੋਣਗੇ? ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਬਣਦਾ। ਔਰ ਇਹ ਕਹਿ ਰਹੇ ਨੇ ਕਿ ਭਾਰਤ ਜਿਹੜਾ ਹੈ ਰਿਸ਼ੀ ਮੁਨੀਆਂ ਦਾ ਦੇਸ਼ ਆ। ਕੀ ਭਾਰਤ ਇਹੋ ਜਿਹੇ ਰਿਸ਼ੀ ਮੁਨੀਆਂ ਦਾ ਦੇਸ਼ ਆ? ਜਿਹੜਾ ਉਹਨਾਂ ਇਹ ਦਾ ਭਾਰਤ ਹੈ, ਜਿਹੜਾ ਉਹਨਾਂ ਜਿੰਨਾ ਕੁ ਉਹਨਾਂ ਦਾ ਭਾਰਤ ਹੈ, ਉਹ ਚ ਰਿਸ਼ੀ ਮੁਨੀ ਦਾ ਦੇਸ਼ ਆ ਨਾ ਫਿਰ। ਬਿਲਕੁਲ, ਪਰ ਜਿਹੜਾ ਖਾਸ ਤੌਰ ਤੇ ਚਲੋ ਆਪਾਂ ਇਹ ਕਹਿ ਲਈਏ ਕਿ ਘੱਟੋ ਘੱਟ ਪੰਜਾਬ ਤਾਂ ਇਹੋ ਜਿਹਾ ਨਹੀਂ ਹੈ ਨਾ। ਨਹੀਂ, ਆਪਾਂ ਤਾਂ ਧੱਕੇ ਨਾਲ ਕਬਜ਼ਾ ਕਰ ਲਿਆ ਪੰਜਾਬ ਦੇ ਉੱਪਰ, ਅੰਗਰੇਜ਼ਾਂ ਦੀ ਦੇਣ ਸੀ ਪੰਜਾਬ, ਚਲੋ ਦੇਸ਼ ਬਣ ਗਿਆ ਇਹਨਾਂ ਦਾ, ਪਰ ਜਿੰਨਾ ਕੁ ਗੰਦ ਹਾਂ ਸੀ ਇਹਨਾਂ ਦਾ, ਤੇ ਉਹ ਫਿਰ ਉਹਦੇ ਵਿੱਚੋਂ ਪੈਦਾਇਸ਼ ਹੋਈ ਸਾਰੀ ਇਹਨਾਂ ਦੀ। ਬਿਲਕੁਲ, ਚਲੋ ਆਪਾਂ ਅੱਗੇ ਚੱਲਦੇ ਹਾਂ, ਜੀ ਅਸੀਂ ਆਪਣੇ ਸੁਣਨ ਵਾਲਿਆਂ ਤੇ ਛੱਡ ਦਿੰਦੇ ਹਾਂ ਜੀ 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 ਹੁਣ ਜੀ। ਅੱਗੇ ਸ਼ੰਕਰ ਭਗਵਾਨ ਕਿਹੜਾ ਘੱਟ ਨੇ, ਅੱਗੇ ਚਲੇ ਗਏ, ਇਹਨਾਂ ਨੇ ਸ਼ਿਵ ਦੂਤੀ ਨੂੰ ਆਪਣੇ ਅੰਡ ਕੋਸ਼ ਖਾਣ ਦਾ ਆਦੇਸ਼ ਵੀ ਦਿੱਤਾ। ਸੋ ਅੰਡ ਕੋਸ਼ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਪਤਾਲੂਆਂ ਨੂੰ। ਸੋ ਹੋਈ ਕਹਾਣੀ ਇਸ ਢੰਗ ਦੀ ਸੀ ਕਿ ਸ਼ਿਵ ਜੀ ਨੇ ਦਾਵਤ ਦਿੱਤੀ, ਬੜੀ ਵੱਡੀ ਦਾਵਤ ਦਿੱਤੀ, ਉਹਦੇ ਵਿੱਚ ਸਾਰੇ ਲੋਕਾਂ ਨੂੰ ਸੱਦਿਆ ਗਿਆ। ਕੁਛ ਦੇਰ ਬਾਅਦ ਦਾਵਤ ਖਤਮ ਹੋ ਗਈ, ਤੇ ਉਹ ਦਾਵਤ ਖਤਮ ਹੋਣ ਤੋਂ ਬਾਅਦ ਥੋੜੀ ਜਿਹੀ ਲੇਟ ਹੋ ਗਈ, ਸ਼ਿਵ ਦੂਤੀ ਆ ਗਈ ਉੱਥੇ। ਉਦੋਂ ਤੱਕ ਜਿਹੜਾ ਭੋਜਨ ਸਮੱਗਰੀ ਖਤਮ ਹੋ ਗਈ ਸੀ, ਹੋਰ ਕੁਛ ਬਚਿਆ ਨਹੀਂ ਸੀ, ਤੇ ਸ਼ਿਵ ਜੀ ਨੇ ਫਿਰ ਸ਼ਿਵ ਦੂਤੀ ਨੂੰ ਆਦੇਸ਼ ਦਿੱਤਾ ਵੀ ਮੈਂ ਤੈਨੂੰ ਇੱਕ ਇਹੋ ਜਿਹੀ ਚੀਜ਼ ਦਾ ਭੋਜਨ ਖਵਾ ਰਿਹਾ ਜਿਹੜੇ ਹੋਰ ਕਿਸੇ ਨੇ ਇਸ ਚੀਜ਼ ਦਾ ਸਵਾਦ ਨਹੀਂ ਚੱਕਿਆ। ਹਾਂ, ਭੋਜਨ ਕੇ ਲਈ ਮੈਂ ਆਪਕੋ ਦੇਤਾ ਹੂੰ, ਕਹਿੰਦਾ ਵੀ ਭੋਜਨ ਦੇ ਲਈ ਹੁਣ ਮੈਂ ਤੈਨੂੰ ਦੇ ਰਿਹਾ, ਮੇਰੀ ਨਾਭੀ ਦੇ ਥੱਲੇ ਦੋ ਗੋਲ ਫਲ ਨੇ, ਤੂੰ ਉਹਨਾਂ ਨੂੰ ਖਾ ਲਾ ਤੇ ਉਹਨਾਂ ਦੇ ਨਾਲ ਤੇਰੇ ਭੋਜਨ ਦੀ ਸਾਰੀ ਤ੍ਰਿਪਤੀ ਪੂਰੀ ਹੋਊਗੀ। ਕਿਹੋ ਜਿਹਾ ਘਟੀਆ ਬੰਦਾ ਹੋਗਾ ਫਿਰ। ਕਿਹੋ ਜਿਹਾ ਘਟੀਆ ਬੰਦਾ ਹੋਊਗਾ, ਮਤਲਬ ਕੀ ਆਪਣੇ ਜਿਹੜੇ ਅੰਡ ਕੋਸ਼ ਸੀ, ਆਪਣੇ ਪਤਾਲੂ ਜੀ ਉਹਨੂੰ ਦੇਤੇ ਵੀ ਤੂੰ ਇਹਨਾਂ ਨਾਲ ਹੀ ਆਪਣੇ ਭੁੱਖ ਮਿਟਾ ਲਾ। ਵੈਸੇ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਨਾਲੇ ਜੀ ਸ਼ਿਵਲਿੰਗ ਜੀ ਆ, ਤੁਸੀਂ ਆਪਣੀ ਗੱਲ ਕੰਪਲੀਟ ਕਰੋ। ਜਿਹੜਾ ਸ਼ਿਵਲਿੰਗ ਆ ਉਹਦੇ ਤੇ ਪਤਾਲੂ ਨਹੀਂ ਹੁੰਦੇ, ਉਹ ਮੈਨੂੰ ਲੱਗਦਾ ਵੀ ਪਤਾਲੂ ਤਾਂ ਵਿਚਾਰੀ ਸ਼ਿਵ ਦੂਤੀ ਖਾ ਗਈ ਸੀ, ਇਸ ਕਰਕੇ ਉਹ ਇਕੱਲਾ ਹੀ ਆ ਉੱਥੇ। ਇਹ ਵੀ ਹੋ ਸਕਦਾ ਵੀ ਜਿਹੜੀ ਸ਼ਿਵ ਦੂਤੀ ਉਹ ਇਹਨਾਂ ਦੇ ਦਲਿਤ ਹੋਵੇ, ਕੋਈ ਸ਼ੂਦਰਾਣੀ ਹੋਵੇ, ਜਿਹੜੀ ਇਹਨਾਂ ਦੇ ਘਰ ਨੌਕਰ ਰੱਖੀ ਹੋਵੇ ਇਹਨਾਂ ਨੇ। ਕੁਛ ਵੀ ਹੋ ਸਕਦਾ, ਐਵੇਂ ਹੋ ਸਕਦਾ ਕਹਾਣੀ ਆਮ ਜਿਹੜੀ ਆ। ਕਰਕੇ ਜੋ ਸਾਰਾ ਰੋਟੀ ਪਾਣੀ ਹਾਂ ਚੰਗੇ ਚੰਗੇ ਬੰਦੇ ਖਾ ਕੇ ਵਿਚਾਰੀ ਨੂੰ ਭੁੱਖਾ ਜਿਹੜੀ ਹੁੰਦੀ ਗਰੀਬਣੀ, ਉਹਨੂੰ ਫਿਰ ਇੱਦਾਂ ਬਿਲਕੁਲ ਜਲੀਲ ਕੀਤਾ ਵੀ ਸਾਡੇ ਆ ਕੇ ਖਾ ਲਾ ਤੂੰ। ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ, ਯਾ। ਇਹ ਚਲੋ ਗੱਲ ਹੋ ਆਪਾਂ ਸਕਦੀ ਅੱਗੇ ਹੈ ਚੱਲਦੇ ਬਿਲਕੁਲ। ਹਾਂ। ਮਤਲਬ ਸ਼ਿਵ ਜੀ ਇਸ ਹਾਂ ਤਰੀਕੇ ਨਾਲ ਵੀ ਦਲਿਤਾਂ ਨੂੰ ਨਫ਼ਰਤ ਕਰਦਾ ਸੀ। ਹਾਂ, ਹੁਣ
ਸ਼ਿਵ ਜੀ ਕਦੇ ਰੁਕਦਾ ਨਹੀਂ ਸੀ, ਇੱਥੋਂ ਤੱਕ ਚਲਿਆ ਗਿਆ, ਆਪਣੇ ਪੋਤੇ ਗੁੱਦਾ ਸੰਭੋਗ ਵੀ ਕੀਤਾ, ਗੁੱਦਾ ਸੰਭੋਗ ਕਰਕੇ ਉਹਦੀ ਹੱਤਿਆ ਕੀਤੀ, ਆਪਣਾ ਪੋਤਾ ਮਤਲਬ ਮੁੰਡੇ ਦਾ ਅੱਗੇ ਮੁੰਡਾ, ਪੋਤਾ ਮੁੰਡੇ ਦਾ ਇੱਕ ਮੁੰਡਾ, ਮਤਲਬ ਸ਼ਿਵਜੀ ਦਾਦਾ ਸੀ ਉਹਦਾ। ਉਹਦਾ ਦਾਦਾ ਸੀ ਸ਼ਿਵ ਜੀ। ਸੋ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਐਂਦਕ ਦੈਤਿਆ ਜਿਹੜਾ ਸ਼ਿਵ ਜੀ ਦਾ ਪੁੱਤਰ ਸੀ, ਐਂਦਕ, ਸ਼ਿਵ ਜੀ ਨੇ ਹਿਰਨਾਕਸ਼ ਨੂੰ, ਐਂਦਕ ਨੂੰ ਗੋਦ ਦਿੱਤਾ। ਜਿਹੜਾ ਹਿਰਨਾਕਸ਼ ਸੀਗਾ, ਉਸ ਨੂੰ ਵਿਸ਼ਨੂੰ ਨੇ 12 ਵਾਰ ਅਵਤਾਰ ਧਾਰ ਕਤਲ ਕਰਤਾ, ਵਾਰਾ ਹਾਂ ਵਰਾਹ ਅਵਤਾਰ ਲੇਕਰ। ਹਾਂ ਜੀ ਜੀ ਸੋਰੀ, 12 ਅਵਤਾਰ ਲੈ ਕੇ, ਜਾਂ 12 ਅਵਤਾਰ ਲੈ ਕੇ ਉਹਦਾ ਕਤਲ ਕਰਤਾ। ਚਲੋ ਹੁਣ ਜਦੋਂ ਉਹਦਾ ਕਤਲ ਹੋ ਗਿਆ ਤਾਂ ਜਿਹੜੀ ਹਿਰਨਾਇਕਸ਼ ਦੀ ਗੱਦੀ ਸੀਗੀ ਉਹ ਅੰਧਕ ਨੂੰ ਮਿਲ ਗਈ। ਅੰਧਕ ਦੀ ਤੇ ਸ਼ਿਵਜੀ ਦੀ ਲੜਾਈ ਹੋ ਗਈ ਆਪਸ 'ਚ। ਸ਼ਿਵਜੀ ਨੇ ਬੜਾ ਔਖੇ ਢੰਗ ਦੇ ਨਾਲ ਕਿਵੇਂ ਵੀ ਕਰਕੇ ਅੰਧਕ ਨੂੰ ਮਾਰਤਾ। ਜੀ ਹਾਂ, ਤੇ ਜਦੋਂ ਅੰਧਕ ਨੂੰ ਮਾਰਤਾ ਤਾਂ ਜਿਹੜਾ ਅੰਧਕ ਦਾ ਪੁੱਤਰ ਸੀ, ਆਡੀ, ਸ਼ਿਵਜੀ ਦਾ ਪੁੱਤਰ ਸੀ ਅੰਧਕ, ਅੰਧਕ ਦਾ ਪੁੱਤਰ ਸੀ ਆਡੀ। ਆਡੀ ਨੇ ਸੋਚਿਆ ਕਿ ਮੈਂ ਇਸ ਤੋਂ ਆਪਣੇ ਪਿਓ ਦਾ ਬਦਲਾ ਲੈਣਾ, ਤੇ ਉਹ ਆਪਣੇ ਪਿਓ ਦਾ ਬਦਲਾ ਲੈਣ ਵਾਸਤੇ ਗਿਆ, ਤੇ ਉੱਥੇ ਜਾ ਕੇ ਉਹਨੇ ਦੇਖਿਆ ਵੀ ਇੱਥੇ ਪਾਰਵਤੀ ਹੈ ਨਹੀਂ ਗੀ। ਉਸ ਨੇ ਪਾਰਵਤੀ ਦਾ ਭੇਸ ਧਾਰਨ ਕਰ ਲਿਆ। ਜਦੋਂ ਉਸਨੇ ਪਾਰਵਤੀ ਦਾ ਭੇਸ ਧਾਰਨ ਕਰ ਲਿਆ ਤੇ ਜਦੋਂ ਸ਼ਿਵਜੀ ਦੇ ਨਾਲ ਗੱਲਬਾਤ ਹੋਈ ਤਾਂ ਸ਼ਿਵਜੀ ਨੂੰ ਸ਼ੱਕ ਪੈ ਗਿਆ ਵੀ ਇਹ ਪਾਰਵਤੀ ਨਹੀਂ ਹੈਗੀ। ਜੀ 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 ਉਸ ਨੂੰ ਇਹ ਪਤਾ ਲੱਗ ਗਿਆ ਵੀ ਇਹ ਤਾਂ ਅੰਧਕ ਦਾ ਪੁੱਤਰ ਆਡੀ ਆ। ਤਾਂ ਸ਼ਿਵਜੀ ਨੇ ਆਪਣੇ ਜਨਨ ਇੰਦਰੀ ਦੇ ਨਾਲ ਪੱਥਰ ਬੰਨ ਕੇ ਉਸ ਦੇ ਨਾਲ ਗੁੱਦਾ ਸੰਭੋਗ ਕੀਤਾ, ਆਪਣੇ ਤੇ ਉਹ ਸਕੇ ਗੁੱਦਾ ਪੋਤਰੇ ਸੰਭੋਗ ਨਾਲ। ਸਕੇ ਪੋਤਰੇ ਨਾਲ, ਉਹਦੇ ਨਾਲ ਪੱਥਰ ਬੰਨ ਕੇ, ਆਪਣੇ ਲਿੰਗ ਸਟਰੋਂਗ ਹੋਣਾ ਸ਼ਿਵਜੀ ਦਾ ਜਿਹੜਾ, ਉਹਦੇ ਨਾਲ ਪੱਥਰ ਬੰਨਿਆ, ਉਹਦੇ ਨਾਲ ਸੰਭੋਗ ਕੀਤਾ, ਮਤਲਬ ਉਹਦੇ ਉਸ ਦੀ ਬੈਕ ਸਾਈਡ ਦੇ ਆਡੀ ਨੂੰ ਉੱਪਰ ਜਨਮ ਸ਼ਿਵਜੀ ਨੇ ਦਿੱਤਾ, ਅਤਿਆਚਾਰ ਕੀਤਾ ਆ, ਉਹਨੂੰ ਕਤਲ ਕਰਨ ਦੀ ਅੱਤਿਆਚਾਰ ਨੀਅਤ ਕੀਤਾ, ਦੇ ਨਾਲ। ਕਤਲ ਕਰ ਕੇ ਮਾਰ। ਕਿਹਾ ਜਾਂਦਾ ਕਿ ਆਦਿਤਿਆ ਦੀ ਰੂਹ ਅੱਜ ਵੀ ਕੈਲਾਸ਼ ਪਰਬਤ ਦੇ ਉੱਤੇ ਘੁੰਮਦੀ ਆ, ਜਾ ਕੇ ਮਿਲਿਆ ਉਹ ਜਿਨ੍ਹਾਂ ਨੇ ਮਿਲਣਾ। ਹੁਣ ਤੁਸੀਂ ਦੇਖੋ ਵੀ ਇਹ ਭਗਵਾਨ ਕਿਹੋ ਜਿਹਾ ਸੀ, ਕੀ ਇੱਦਾਂ ਦੇ ਭਗਵਾਨ ਹੁੰਦੇ ਨੇ, ਕੀ ਤੁਸੀਂ ਸੋਚ ਸਕਦੇ ਹੋ ਕਿ ਭਗਵਾਨ ਇੱਦਾਂ ਦੇ ਹੋਣਗੇ, ਜੀ 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 ਕੀ ਜੀ ਕੀ ਕਾਲ ਪੁਰਖ ਇੱਦਾਂ ਦਾ ਹੁੰਦਾ। ਸੋ ਇਸ ਢੰਗ ਦੀ, ਇਸ ਕੈਟਾਗਰੀ ਦੀ ਜਿਹੜੀ ਇਹਨਾਂ ਦੀ ਹੈਸੀਅਤ ਸੀਗੀ ਸ਼ਿਵਜੀ ਮਹਾਰਾਜ ਦੀ। ਆਓ ਆਪਾਂ ਥੋੜ੍ਹੇ ਜਿਹੇ ਹੋਰ ਉਹਦੇ 'ਤੇ ਵਿਚਾਰ ਕਰ ਲਈਏ। ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਵਿਨਾਸ਼ ਮੰਤਰਾਲਿਆ ਹੈਗਾ ਸ਼ਿਵਜੀ, ਜੀ ਪਰ ਜਿਹੜਾ ਲਿੰਗ ਆ, ਲਿੰਗ ਪ੍ਰਤੀਕ ਹੈਗਾ ਸਰਜਣਾ ਦਾ, ਉਹਦਾ ਨਵੀਆਂ ਚੀਜ਼ਾਂ, ਤਾਂ ਤੁਹਾਨੂੰ ਲੱਗਦਾ ਨਹੀਂ ਵੀ ਉਹ ਵਿਨਾਸ਼ ਕਰੂਗਾ ਜਾਂ ਉਹ ਨਵੀਆਂ ਚੀਜ਼ਾਂ ਸਿਰਜੂਗਾ? ਤੁਹਾਨੂੰ ਆਪਸ ਦੇ ਵਿੱਚ ਵਿਰੋਧਾਭਾਸ ਨਹੀਂ ਲੱਗ ਰਿਹਾ? ਨਹੀਂ ਕਿੱਡਾ ਵੱਡਾ ਵਿਨਾਸ਼, ਫਿਰ ਵਿਰੋਧਾਭਾਸ ਅਸਲ ਦੇ ਵਿੱਚ ਬ੍ਰਹਮਣਵਾਦੀ ਵਿਨਾਸ਼ ਦਾ। ਸਰ ਲੋਕਾਂ ਦਾ ਜਿਹੜਾ ਭਰੋਸਾ ਹੈ, ਲੋਕਾਂ ਨੇ ਧੀਆਂ ਭੈਣਾਂ ਨਾਲ ਰੇਪ ਕਰਕੇ ਆਪਣੇ ਆਪਣੇ ਦੋਸਤਾਂ ਮਿੱਤਰਾਂ ਦਾ, ਆਪਣੇ ਪੋਤਰਿਆਂ ਦਾ ਪੋਤਰੀਆਂ ਦਾ ਭਰੋਸਾ ਵਿਨਾਸ਼ ਕਰਨਾ। ਹਾਂ, ਉਹ ਵਿਨਾਸ਼ ਆ, ਹਾਂ ਉਹ ਮਤਲਬ ਵਿਨਾਸ਼ਕਾਰੀ ਹੈ ਫਿਰ, ਉਹਨਾਂ ਨੂੰ ਆਪਣੇ ਆਪਣੇ ਲੋਕਾਂ ਦਾ ਭਰੋਸਾ ਵਿਨਾਸ਼ ਆਤਮਿਕ ਕਰਨਾ, ਇਸ ਕਰਕੇ ਤੌਰ 'ਤੇ ਵਿਨਾਸ਼ਕਾਰੀ ਹੈ। ਕਤਲ ਕਰਨਾ, ਜਿਹੜਾ ਬੰਦਾ ਤਪੱਸਿਆ ਕਰਦਾ ਹੋਵੇ ਇਹਨਾਂ ਆਤਮਿਕ ਦੀ,
ਪੂਜਾ ਕਰਦਾ ਵੀ ਹੈ ਭਗਵਾਨ ਸ਼ਿਵ ਜੀ, ਹੈ ਭਗਵਾਨ ਸ਼ਿਵ ਜੀ। ਅਗਲੇ ਦਿਨ ਸ਼ਿਵ ਜੀ ਸਾਹਿਬ ਪ੍ਰਗਟ ਹੁੰਦੇ ਹੋਣ, ਉਹ ਤਾਂ ਤਪੱਸਿਆ ਕਰ ਰਿਹਾ ਵਿਚਾਰਾ, ਬਾਹਰ ਬੈਠਾ ਜੰਗਲ ਦੇ ਪਿੱਛੇ ਸ਼ਿਵ ਜੀ ਸਾਹਿਬ ਆਏ ਹੋਣ, ਤੇ ਧੀਆਂ ਭੈਣਾਂ ਬੱਚੀਆਂ ਨਾਲ ਨਿੱਕੇ ਨਿੱਕੇ ਨਾਬਾਲਕਾਂ ਨਾਲ ਵੀ ਰੇਪ ਕਰਕੇ ਸ਼ਿਵ ਜੀ ਭਗਵਾਨ ਇੱਦਾਂ ਕਰਦੇ, ਤਾਂ ਫਿਰ ਵਿਨਾਸ਼ਕਾਰੀ ਹੋਣਗੇ ਬਿਲਕੁਲ ਉਹ। ਹਾਂ, ਇਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਆਤਮਕ ਤੌਰ ਤੇ ਸਮਾਜ ਨੂੰ ਖਤਮ ਕਰ, ਉਹਨਾਂ ਦੇ ਵਿੱਚ ਆਤਮਾ ਨਾਂ ਦੀ ਕੋਈ ਚੀਜ਼ ਛੱਡੀ ਨਾ ਜਾਵੇ। ਮਤਲਬ ਨਸ਼ਟ ਕਰਨ ਵਾਲਾ ਆਪ ਹਮੇਸ਼ਾ ਹੀ ਕਾਮ ਦੇ ਵਿੱਚ ਲੁਪਤ ਪਾਇਆ ਗਿਆ, ਲੋਕਾਂ ਦੀਆਂ ਔਰਤਾਂ ਦੇ ਨਾਲ ਰੇਪ ਕਰਦਾ ਸੀ। ਇੱਕ ਕੋਈ ਚੰਗਾ ਕੰਮ ਵੀ ਕੀਤਾ ਉਹਨੇ, ਕੋਈ ਲੋਕਾਂ ਨੂੰ ਚੰਗੀ ਸੇਧ ਵੀ ਦਿੱਤੀ ਹੈ। ਕਿਸੇ ਪਾਸੇ ਦਿਖਾ ਦੇਣ ਵੀ ਸ਼ਿਵ ਜੀ ਨੇ ਚੰਗਾ ਕਿੱਥੇ ਕੀਤਾ। ਬਿਲਕੁਲ, ਇਹ ਅੱਜ ਜਿਹੜੀ ਅਸੀਂ ਗੱਲ ਕੀਤੀ ਆ, ਅਸੀਂ ਇਹ ਇੱਕ ਪੱਖ ਦਿੱਤਾ। ਬੇਸਿਕਲੀ ਤਾਂ ਸ਼ਿਵ ਜੀ ਦੀਆਂ ਬਹੁਤ ਹੋਰ ਕਹਾਣੀਆਂ ਨੇ। ਜੀ ਸੋ ਅੱਜ ਦੀ ਜਿਹੜੀ ਗੱਲਬਾਤ ਆ ਜਸਪਾਲ, ਮੈਂ ਇੱਥੇ ਉਸਨੂੰ ਠੱਪ ਕਰਦਾ ਹੁਣ। ਜੇ ਤੁਸੀਂ ਸਵਾਲ ਜਵਾਬ ਕਰਨੇ ਨੇ ਜਾਂ ਤੁਹਾਡੇ ਮਨ ਦੇ ਵਿੱਚ ਹੋਰ ਕੁਛ ਹੈਗਾ, ਆਪਾਂ ਜੀ, ਉਸ 'ਤੇ ਸਵਾਲ ਵਿਚਾਰ ਤਾਂ ਕਰ ਸਰ ਲਾਂਗੇ। ਰਹਿ ਨਹੀਂ ਕੁਛ ਗਿਆ, ਆਪਾਂ ਕੀ ਕਰੀਏ ਸਵਾਲ ਹੁਣ ਗੰਦ ਦੇ ਵਿੱਚ, ਵੀ ਤਾਂ ਹੁਣ ਸਵਾਲ ਤਾਂ ਇਹ ਲੋਕਾਂ ਨੂੰ ਕਰਨੇ ਚਾਹੀਦੇ ਵੀ ਦੱਸੋ ਅਸੀਂ ਕੀ ਕਰੀਏ। ਤੇ ਸਰ ਸਵਾਲ ਸੋ ਕਰਨ ਵਾਲੀ ਤਾਂ ਕੋਈ ਗੱਲ, ਜੀ ਜੀ ਕੁਛ ਕਹਿਣਾ ਚਾਹੁੰਦੇ ਤੁਸੀਂ? ਸੋ ਬੇਸਿਕਲੀ ਇਹ ਆ ਕਿ ਇਹ ਅਸੀਂ ਆਪਦੇ ਕੋਲੋਂ ਕੁਛ ਨਹੀਂ ਕਿਹਾ, ਇਹਨਾਂ ਦੇ ਹੀ ਗ੍ਰੰਥਾਂ ਦੇ ਵਿੱਚ ਸਾਰੀਆਂ ਗੱਲਾਂ ਦਰਜ ਨੇ। ਜੀ ਜੀ ਰਾਈਟ, ਸਾਡੇ ਤਾਂ ਅਸੀਂ ਤਾਂ ਆਪਣੇ ਸੁਣਨ ਵਾਲਿਆਂ ਨੂੰ ਖਾਸ ਤੌਰ ਤੇ ਸਿੱਖਾਂ ਵਾਸਤੇ ਇਹ ਚੀਜ਼ ਰੱਖਣੀ ਆ ਕਿ ਉਹ ਇਸ ਚੀਜ਼ ਨੂੰ ਦੇਖਣ ਕਿ ਇਹ ਚੀਜ਼ਾਂ ਸਮਾਜ ਦਾ ਕੀ ਸੁਧਾਰ ਸਕਦੇ ਨੇ, ਧਰਮ ਸਮਾਜ ਕੀ ਸੁਧਾਰ ਸਕਦੇ ਨੇ, ਜਿਹੜੇ ਕੇਸਾ ਧਾਰੀ ਪੱਗਾ ਧਾਰੀ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਬੰਦਾ ਚੀਜ਼ਾਂ ਦਾ ਸਾਡੇ ਗੁਰਦੁਆਰਾ ਜਾ ਕੇ ਪ੍ਰਚਾਰ ਕਰਦੇ ਨੇ, ਘੱਟੋ ਘੱਟ ਉਹਨਾਂ ਤੋਂ ਜਾ ਕੇ ਇਹ ਸਵਾਲ ਕਿ ਉਹ ਤੁਹਾਨੂੰ ਦੱਸ ਕੀ ਰਹੇ ਨੇ, ਨਾ ਕਿ ਗੁਰਬਾਣੀ ਦੀ ਸਿੱਧੀ ਵਿਆਖਿਆ ਤੁਹਾਨੂੰ ਸਮਝਾਉਣ ਜਿਹਦੇ ਨਾਲ ਤੁਹਾਡਾ ਜੀਵਨ ਸੁਧਰੇ, ਜਿਹਦੇ 'ਚ ਤੁਹਾਡੇ ਕਰੈਕਟਰ ਚੰਗੇ ਬਣਨ। ਇਹੋ ਜਿਹੀਆਂ ਕਥਾਵਾਂ ਸਾਡੇ ਗੁਰਦੁਆਰੇ ਜਾ ਕੇ ਲੋਕ ਸੁਣਾ ਰਹੇ ਨੇ। ਇਹਨਾਂ ਨੂੰ ਰੋਕਣ ਦੀ ਲੋੜ ਆ, ਨਾ ਕੇਵਲ ਸੰਗਤ ਇਸ ਪ੍ਰਤੀ ਸੋਚੇ, SGPC ਜਾਂ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸ ਵਾਲੇ ਪਾਸੇ ਸੋਚਣਾ ਚਾਹੀਦਾ। ਜੀ, ਜੀ ਸਰ ਹੁਣ ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਦਾ ਵੀ ਇੱਕ ਕਥਨ ਆ ਜੀ, ਜਿਹਦੇ ਵਿੱਚ ਲਿਖਿਆ ਵੀ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੈ ਡੌਰੂ ਡਮਕਾਵੈ। ਹੁਣ ਜਿਨ੍ਹਾਂ ਨੇ ਸ਼ਿਵ ਸ਼ਿਵ ਕਰਦੇ ਆਪਣੇ ਆਪ ਨੂੰ ਕਹਿਣਾ ਵੀ ਸ਼ਿਵ ਭਗਤ ਆ, ਤੇ ਵੱਧ ਤੋਂ ਵੱਧ ਕੀ ਕਰ ਲੈਣਗੇ, ਸ਼ਿਵਲਿੰਗ ਦੀ ਪੂਜਾ ਕਰ ਲੈਣਗੇ ਤੇ ਬਲਦ ਦੇ ਉੱਪਰ ਚੜ੍ਹ ਕੇ ਤੇ ਮਿੱਟੀ ਘੜਾ ਆਪਣੇ ਸਿਰ 'ਚ ਪੁਆਈ ਜਾਣਗੇ, ਖੇਹ ਉਡਾਈ ਜਾਣਗੇ ਤੇ ਆਪਦੇ ਆਪ ਨੂੰ ਜਲੀਲ ਕਰੀ ਹਾਂ ਜਾਣਗੇ ਤੇ ਕਰਵਾਈ ਜਾਣਗੇ। ਇਹ ਇਹਨਾਂ ਲੋਕਾਂ ਦੇ ਪੱਲੇ ਹੀ ਕੁਛ ਰਹਿਣਾ ਆ। ਹੁਣ ਜਿਹੜੇ ਬਿਲਕੁਲ ਸਿੱਖਾਂ ਜੀ ਨੇ ਵੀ ਬਿਲਕੁਲ, ਸਵਾਦ ਲੈਣਾ ਆ, ਉਹ ਭਾਈ ਲਈ ਜਾਓ, ਕਿ ਕੋਈ ਇੱਥੇ ਰੋਕ ਟੋਕ ਤਾਂ ਹੈ ਨਹੀਂ ਕਿਸੇ ਨੂੰ, ਆਪਣੀ ਮਰਜ਼ੀ ਆ ਤੁਹਾਡੀ। ਇੱਥੇ ਪਿਰਥੀ ਚੰਦ ਨੂੰ ਰੋਕ ਟੋਕ ਨਹੀਂ ਸੀ, ਰਾਮ ਰਾਏ ਨੂੰ ਕੋਈ ਰੋਕ ਟੋਕ ਨਹੀਂ ਸੀ, ਜਿੰਨੇ ਕੋਈ ਗੁਰੂ ਵਾਲੇ ਬਣਨਾ ਆ, ਅਣਖ ਨਾਲ ਇੱਜ਼ਤ ਨਾਲ ਰਹਿਣਾ ਆ, ਆਪਣੇ ਧੀਆਂ ਭੈਣਾਂ ਦੇ ਨਾਲ ਆਪਣੇ ਪਰਿਵਾਰਾਂ ਵਿੱਚ ਚੰਗੇ ਤਰੀਕੇ ਨਾਲ ਰਹਿਣਾ ਆ, ਉਹ ਬੰਦਾ ਆਪਣੇ ਤਰੀਕੇ ਨਾਲ ਰਹਿ ਸਕਦਾ, ਬਾਕੀ ਜਿਹਨੇ ਗੰਦ ਪਾਉਣਾ ਆ ਗੰਦ ਵੀ ਪਾ ਸਕਦਾ, ਰਸਤੇ ਦੋਵਾਂ ਦੇ ਕੋਲ ਖੁੱਲ੍ਹੇ ਆ। ਬਾਣੀ ਕਹਿੰਦੀ ਆ ਵੀ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜਿਹਨੇ ਗੰਦ ਮੰਗਣਾ ਉਹਨੂੰ ਪਰਮਾਤਮਾ ਨੇ ਗੰਦ ਵੀ ਦੇਈ ਜਾਣਾ ਆ, ਗੰਦ ਦੀ ਕੋਈ ਕਮੀ ਨਹੀਂ ਹੈਗੀ। ਜਿਹਨੇ ਅੰਮ੍ਰਿਤ ਮੰਗਣਾ ਹੈ ਉਹਨੂੰ ਅੰਮ੍ਰਿਤ ਦੀ ਕੋਈ ਕਮੀ ਨਹੀਂ ਰਹਿਣੀ। ਇਸ ਕਰਕੇ ਫੈਸਲਾ ਪੰਜਾਬ ਦੇ ਲੋਕ ਘੱਟੋ ਘੱਟ ਜਿਹੜੇ ਭਾਵੇਂ ਜਿਹੜੇ ਵੀ ਹੋਣ, ਹਿੰਦੂ ਸਿੱਖ ਮੁਸਲਮਾਨ ਈਸਾਈ, ਅਸੀਂ ਕਿਸੇ ਦੀ ਕੋਈ ਉਹ ਪੱਖਪਾਤ ਨਹੀਂ ਕਰਦੇ, ਪਰ ਅਸੀਂ ਇਨਸਾਨ ਅਸਲੀਅਤ ਦੱਸ ਰਹੇ ਹਾਂ ਤੁਹਾਨੂੰ ਵੀ ਤੁਸੀਂ ਕਰਨਾ ਕੀ, ਬਿਲਕੁਲ ਤੁਹਾਡੇ ਸਾਹਮਣੇ ਨਤੀਜਾ ਕੀ ਹੋਣਾ ਚਾਹੀਦਾ ਹੈ, ਵੀ ਇੱਕ ਪਾਸੇ ਆਪਾਂ ਖੜ੍ਹ 'ਚ ਡਿੱਗਣਾ ਆ, ਇੱਕ ਪਾਸੇ ਆਪਾਂ ਵਧੀਆ ਉਹਦੇ ਵਿੱਚ ਰਹਿ ਸਕਦੇ ਹਾਂ। ਹੁਣ ਮੰਨ ਲਓ ਆਪਾਂ ਘਰਾਂ ਦੇ ਟੀਵੀ ਦੇ ਉੱਪਰ ਪ੍ਰੋਗਰਾਮ ਚੱਲ ਰਿਹਾ, ਉੱਥੇ ਅਨਾਉਂਸਮੈਂਟ ਦੀ ਤੁਹਾਨੂੰ ਤੁਸੀਂ ਅੱਜ ਗੰਦੀ ਫਿਲਮ ਦੇਖਣੀ ਹੈ ਜਾਂ ਚੰਗੀ ਫਿਲਮ ਦੇਖਣੀ ਹੈ, ਕੋਈ ਆਪਣਾ ਧਾਰਮਿਕ ਪ੍ਰੋਗਰਾਮ ਦੇਖਣਾ ਹੈ, ਹੁਣ ਦੇਖਣਾ ਫੈਸਲਾ ਹਾਂ ਤੁਸੀਂ ਕਰ ਲਓ ਵੀ ਤੁਸੀਂ ਆਪਣੇ ਟੀਵੀ ਚੈਨਲ ਦੇ ਉੱਪਰ ਗੰਦ ਦੇਖਣਾ ਹੈ ਜਾਂ ਚੰਗਾ ਕੁਝ ਦੇਖਣਾ, ਆਪਣੇ ਬੱਚਿਆਂ ਨੂੰ ਕੀ ਦਿਖਾਉਣਾ ਚਾਹੁੰਦੇ ਹੋ ਉਹ ਤੁਹਾਡੇ ਉੱਪਰ ਹੈ।
ਹਰ ਇੱਕ ਬੰਦਾ ਸਿਆਣਾ ਆ, ਕੋਈ ਤੁਹਾਡੇ ਉੱਤੇ ਬੇਵਕੂਫ ਤਾਂ ਜੀ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਆਪਾਂ ਕਹੋ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ, ਤਾਂ ਫਿਰ ਭਾਈ ਉਹ ਵੀ ਆਪਾਂ ਕਹਿ ਦਿੰਦੇ ਨਲਾਇਕੀ ਹੋ ਸਕਦੀ ਤੁਹਾਡੀ ਜਾਂ ਸਾਡੀ ਸਾਰਿਆਂ ਲੋਕਾਂ ਦੀ, ਇਸ ਕਰਕੇ ਫੈਸਲਾ ਤੁਸੀਂ ਆਪ ਹੀ ਕਰਨਾ ਹੈ ਵੀ ਕੀ ਕਰ ਸਕਦੇ। ਕੂੜ ਫਿਰੇ ਪਰ